परम सत्कार योग सतगुरां दी साजी और निवाजी सतगुरु जी का खास रूप गुरु खालसा सतसंग जी अज धन 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 साहब श्री गुरु अमरदास महाराज के प्रकाश की कथा दी विचार आप जी ने श्रद्धा भावना नाल मनोबिरतियां नूं कागर करके श्रवण करनी है। धन धन गुरु अमरदास महाराज इन्हां दे प्रथाए भले अमरदास गुण तेरे तेरी उपमा तोहे बनिया। धन धन गुरु अमरदास महाराज जी का जो प्रकाश है पिंड बासरका अमृतसर दे विच पैंदा है। इस तरह भी दसिया जाता है जिहड़ा गुरद्वारा श्री शराटा साहब है छे हट्टा साहब उन्दे तो कुछ मीलां की दूरी ते है। कहंटो भाव पिंड बासरके पिता श्री तेज पान जी भला जी भला उन्होंने गोद शीसा सिंह जी पिता श्री तेज पान जी दे घर माता लक्ष्मी जी जिन्हों का नाम माता सुलखनी जी दी पावन कुख तो सन 1479 ईस्वी न महाराज का प्रकाश होया। संमत 1536 पिता तेज भान जी दे घर माता सुलखनी जी की पावन कुख तो पिंड बासर के गुरु अमरदास महाराज जी की आमद होई प्रकाश होया। महाराज बचपन में नाम रख्या गया अमरदास। जदों महाराज जवान होए 23 साल की उम्र के लगभग हुई उदों महाराज का विआह भी किया गया पिंड सण खतरे दे विच रहण वाले देवी चंद जी इतिहासकारां ने देवचंद भी लिखिया देवचंद बाहिल देवी चंद दी पुत्री मनसा देवी जिन्हां दा इतिहास विच राम कौर भी नाम आउंदा है। देवी चंद जी दी पुत्री सी मनसा देवी उन्दे नाल शादी कीती गई गुरु अमरदास महाराज। पिता पुरखी काम जो महाराज ने किया गुरु अमरदास महाराज ने जो पिता जी काम धंधा करते दुकान का हट्टी का परचून की हट्टी इतिहासकार दसते ने करके निर्वाह करते पिता तेज पान जी जो घर वरत्या जाने वाला समान रसोई का जिमें सास जी लोड़ पैंदा जो रसोई दे विच मसाले आदिक ये भी घोड़िया उपर लद के पिंड वेचया भी जाता है। जिमें पिता तेज भान जी काम करते उस तरह वो पिता का सारा काम आप संभालिया गुरु अमरदास महाराज ने। इस तरह सौदा वेचद्या खरीद्या कई साल बीत गए ते घर विच दो पुत्रियां दा जन्म होया बीबी भानी पहला बीबी दानी दा जन्म होया फिर बीबी भानी जी ते दो सपुत्र गुरु अमरदास महाराज बाबा मोहन जी ते बाबा मोहरी जी ये महाराज दे दो सपुत्र घर होए। भावें उम्र सा संघ जी
ਪਿਛਲੀ ਸ਼ੁਰੂ ਹੋ ਚੁੱਕੀ ਸੀ ਜਿਹਨੂੰ ਅਸੀਂ ਵੱਡੇਪੇ ਦੀ ਉਮਰ ਬੋਲਦੇ। ਪਰ ਸੱਚੇ ਪਾਤਸ਼ਾਹ ਦਾ ਜੀਵਨ ਦਾ ਜਿਹੜਾ ਨਿਯਮ ਸੀ, ਜੋ ਮਹਾਰਾਜ ਸੱਚੇ ਪਾਤਸ਼ਾਹ ਹਰ ਰੋਜ਼ ਸ਼ੁਭ ਕਰਮ ਆਦਿ ਜਿਵੇਂ ਸਾਧੂ ਸੰਗਤ ਕਰਨੀ, ਬੜਾ ਮਨ ਦੇ ਵਿੱਚ ਚਾਅ ਰੱਖਦੇ ਸੀ ਸਾਧੂਆਂ ਦਾ ਸੰਗ ਕਰਨ, ਬਚਨ ਪਰਮਾਰਥ ਪਰਮਾਰਥੀ ਬਚਨ ਸਰਵਣ ਕਰਨੇ, ਅਤੇ ਫਿਰ ਉੱਥੋਂ ਹੀ ਲਾਗ ਲੱਗੀ ਸੀ ਹਰਿਦੁਆਰ ਜਾ ਕੇ ਇਸ਼ਨਾਨ ਗੰਗਾ 'ਤੇ ਕਰਨਾ। ਇਹਨੂੰ ਬੜਾ ਚੰਗਾ ਪਵਿੱਤਰ ਸਮਝਦੇ ਸੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੁਰ ਕੇ ਗੰਗਾ 'ਤੇ ਇਸ਼ਨਾਨ ਕਰਨ ਜਾਂਦੇ ਸਾਲ 'ਚ ਇੱਕ ਵਾਰ। ਪਿੰਡ ਬਾਸਰਕੇ ਤੋਂ ਤੁਰ ਕੇ ਹਰਿਦੁਆਰ ਗੰਗਾ ਦਾ ਇਸ਼ਨਾਨ ਕਰਨ ਜਾਇਆ ਕਰਦੇ ਸੀ। ਜੋ ਇਤਿਹਾਸ ਅਨੁਸਾਰ ਕੋਈ 600 ਮੀਲ ਆਉਣ ਜਾਣ ਦਾ ਜਿਹੜਾ ਸੀ ਪੰਧ ਬਣ ਜਾਂਦਾ ਸੀ। ਇੰਨਾ ਲੰਮਾ ਪੰਧ 600 ਮੀਲ ਆਉਣ ਜਾਣ ਦਾ ਪੈਦਲ ਤੈਅ ਕਰਦੇ ਸੀ ਗੁਰੂ ਅਮਰਦਾਸ ਮਹਾਰਾਜ। ਸਿਦਕ ਵਾਲੇ ਪੁਰ ਸੀ, ਇਸ ਲੰਮੇ ਪੰਥ 'ਤੇ ਰਾਹ ਦੀਆਂ ਔਕੜਾਂ ਕੋਲੋਂ ਨਹੀਂ ਸੀ ਘਬਰਾਉਂਦੇ। ਹਰ ਸਾਲ ਜਾਇਆ ਕਰਦੇ ਸੀ, ਅਤੇ ਇਹ ਵੀ ਇਤਿਹਾਸ ਦੱਸਦਾ ਮਾਲਾ ਫੇਰਦੇ ਜਾਂਦੇ ਸੀ, ਨਾਮ ਜਪਦੇ ਜਾਂਦੇ ਸੀ। ਅਖੁੱਟ ਸਮਾਲਾ ਮੰਤਰ ਪੜ੍ਹਦੇ ਜਾਂਦੇ ਸੀ। ਇਸ ਕਰਕੇ ਇਸ ਤਰ੍ਹਾਂ ਕਰਦਿਆਂ ਲੰਮਾ ਸਮਾਂ ਬੀਤ ਗਿਆ। 20 ਸਾਲ ਲਗਾਤਾਰ ਪੈਦਲ ਯਾਤਰਾ ਗੰਗਾ ਦੀ ਕੀਤੀ ਹੈ ਅਤੇ ਵਿਧੀ ਪੂਰਵਕ ਕੀਤੀ ਹੈ। ਤੀਰਥਾਂ 'ਤੇ ਜਾਈਏ ਨਾਲ, ਵਿਧੀ ਪੂਰਵਕ ਜਾਈਏ ਤਾਂ ਉਹਦਾ ਫਲ ਮਿਲਦਾ। ਤੀਰਥ ਨਾਤੇ ਇੱਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਅਨੇਕ ਫਲ, ਕਹਿਤ ਕਬੀਰ ਵਿਚਾਰ। ਕਿਸੇ ਦੇ ਉੱਤੋਂ ਕੁਝ ਖਾਣਾ ਨਾ, ਨਾਮ ਜਪਦੇ ਜਾਣਾ, ਇੱਕ ਔਗਣ ਛੱਡ ਕੇ ਆ ਜਾਣਾ ਤੀਰਥਾਂ 'ਤੇ। ਵਿਧੀ ਪੂਰਵ ਕਿਸ ਤਰ੍ਹਾਂ ਇਸ਼ਨਾਨ ਕੀਤਾ ਜਾਵੇ ਤੀਰਥਾਂ 'ਤੇ ਤਾਂ ਇੱਕ ਫਲ ਮਿਲਦਾ ਸੀ। ਇਸ ਕਰਕੇ ਲੋਕ ਅੱਜ ਵੀ ਬੜੇ ਤੀਰਥਾਂ 'ਤੇ ਜਾਂਦੇ ਨੇ, ਗੰਦੇ ਗਾਣੇ ਸੁਣਦੇ ਜਾਂਦੇ ਹਨ, ਕੁਕਰਮ ਕਰਦੇ ਹਨ ਤੀਰਥਾਂ 'ਤੇ ਜਾ ਕੇ। ਔਗਣ ਛੱਡਣਾ ਕੀ ਹੈ? ਔਗਣ ਲੈ ਕੇ ਆਉਂਦੇ ਨੇ, ਉਹਨਾਂ ਦਾ ਤੀਰਥ 'ਤੇ ਜਾਣਾ ਵੀ ਸਤਸੰਗ ਜੀ ਘਾਟੇ ਦਾ ਕੰਮ ਹੈ। ਤੀਰਥਾਂ 'ਤੇ ਜਾਂਦੇ ਹਾਂ ਫਾਇਦੇ ਵਾਸਤੇ, ਉਲਟਾ ਭਾਰ ਚੜ੍ਹ ਕੇ ਆ ਜਾਂਦਾ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆ, ਦੋ ਭਾ ਚੜੀਏ ਸਹੂਰ। ਤੀਰਥ 'ਤੇ ਜਾਣਾ ਸੀ ਪਾਪ ਲਾਉਣ ਵਾਸਤੇ, ਪਰ ਦੋ ਚੜਾ ਕੇ ਆ ਗਿਆ, ਕਿਉਂਕਿ ਕੋਈ ਕਰਮ ਕਰਦਾ ਹੈ, ਵਿਧੀ ਪੂਰਵਕ ਜਾਂਦਾ ਨਹੀਂ ਹੈ। ਨਾਮ ਜਪਦਾ ਜਾਣਾ ਚਾਹੀਦਾ ਹੈ, ਸੇਵਾ ਸਿਮਰਨ ਕਰੇ, ਔਗਣ ਦਾ ਤਿਆਗ ਕਰਕੇ ਆਵੇ, ਇੱਕ ਬਰਿਆਈ ਛੱਡ ਕੇ ਆਵੇ ਘੱਟੋ ਘੱਟ, ਤਾਂ ਤੀਰਥਾਂ 'ਤੇ ਜਾਇਆ ਸਫਲ ਹੁੰਦਾ। ਗੁਰੂ ਅਮਰਦਾਸ ਮਹਾਰਾਜ ਜੀ 20ਵੀਂ ਵਾਰ ਜਦੋਂ ਹਰਿਦੁਆਰ ਇਸ਼ਨਾਨ ਕਰਨ ਗਏ, ਜਦੋਂ ਵਾਪਸ ਮੁੜੇ ਰਸਤੇ ਵਿੱਚ ਮਹਾਰਾਜ ਰੁਕਦੇ ਹੁੰਦੇ ਸੀ। ਜਿਹੜੇ ਪਿੰਡ ਦਾ ਨਾਂ ਇਤਿਹਾਸਕਾਰਾਂ ਨੇ ਲਿਖਿਆ ਹੈ, ਪੁਲਾਣਾ ਜਿਹੜਾ ਮੇੜਾ ਪਿੰਡ, ਇੱਥੇ ਰੁਕਦੇ ਹੁੰਦੇ ਸੀ, ਇੱਥੇ ਪੜਾਅ ਕਰਦੇ ਹੁੰਦੇ ਸੀ ਹਰ ਸਾਲ। ਇਹ ਸ੍ਰੀ ਗੁਰੂ ਨਾਨਕ ਚਮਤਕਾਰ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਪਰ ਭਾਈ ਵੀਰ ਸਿੰਘ ਜੀ ਨੇ ਵੀ ਲਿਖਿਆ
ਵੀ ਮੇੜੇ ਪਿੰਡ ਹੀ ਰੁਕਦੇ ਹੁੰਦੇ ਸੀ ਗੁਰੂ ਅਮਰਦਾਸ ਮਹਾਰਾਜ। ਥੋੜ੍ਹਾ ਜਿਹਾ ਅੰਤਰ ਹੈ ਸ਼੍ਰੀ ਗੁਰੂ ਨਾਨਕ ਚਮਤਕਾਰ ਦਾ ਅਤੇ ਭਾਈ ਵੀਰ ਸਿੰਘ ਜੀ ਨੇ ਉੱਥੇ ਕਿਹਾ ਬ੍ਰਹਮਚਾਰੀ ਨੇ ਕੁਝ ਹੱਥੋਂ ਨਹੀਂ ਛਕਿਆ, ਪਰ ਸ਼੍ਰੀ ਗੁਰੂ ਨਾਨਕ ਚਮਤਕਾਰ ਵਿੱਚ ਲਿਖਿਆ ਹੈ ਕਿ ਦੁਰਗਾ ਦੱਤ ਪੰਡਿਤ ਸੀ, ਉਹ ਜੋਤਿਸ਼ ਵਿੱਦਿਆ ਜਾਣਦਾ ਸੀ। ਇਸ ਕਰਕੇ ਇੱਕ ਦਿਨ ਜਦੋਂ ਮਹਾਰਾਜ ਜੀ ਇੱਥੇ ਮੇੜਾ ਪਿੰਡ ਵਿੱਚ ਪੜਾਅ ਕੀਤਾ ਅਤੇ ਬਾਗ ਵਿੱਚ ਮਹਾਰਾਜ ਆਰਾਮ ਕਰ ਰਹੇ ਸੀ, ਲੰਮੇ ਪਏ ਸੀ, ਮਨ ਦੀ ਮੌਜ ਨਾਲ ਲੇਟਦਿਆਂ ਹੋਏ ਇੱਕ ਲੱਤ ਦੂਸਰੀ ਲੱਤ 'ਤੇ ਗੋਡੇ ਉੱਤੇ ਰੱਖ ਲਈ, ਪੈਰਾਂ ਵਿੱਚ ਜੋੜਾ ਨਹੀਂ ਸੀ ਪਾਇਆ ਹੋਇਆ, ਪੈਰ ਦੀ ਤਲੀ ਨੰਗੀ ਸੀ, ਨਾਲੇ ਪਰਮਾਤਮਾ ਦਾ ਨਾਂ ਲੈ ਰਹੇ ਨੇ, ਸਿਮਰਨ ਕਰੀ ਜਾਂਦੇ ਨੇ, ਨਾਲੇ ਇੱਕ ਲੱਤ ਦੂਸਰੀ ਲੱਤ ਦੇ ਗੋਡੇ ਉੱਤੇ ਰੱਖੀ ਹੋਈ। ਸਬੱਬ ਨਾਲ ਹੀ ਬਾਗ ਵਿੱਚ ਦੁਰਗਾ ਦੱਤ ਪੰਡਿਤ ਆ ਗਿਆ, ਜਿਹੜਾ ਇੱਧਰ ਕੇਰਲ ਵਿੱਦਿਆ ਦਾ ਜਾਣੂ ਸੀ, ਜੋਤਿਸ਼ ਵਿੱਦਿਆ ਦਾ। ਉਹਦਾ ਧਿਆਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਤੇ ਜਦੋਂ ਪਿਆ, ਉਹਦੀਆਂ ਅੱਖਾਂ ਜਿਹੜੀਆਂ ਝੁੰਝਲਾ ਗਈਆਂ, ਹੈ ਕਮਾਲ ਹੈ, ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਪਦਮ ਸੀ, ਇੱਕ ਚਰਨ ਦੇ ਵਿੱਚ ਪਦਮ ਸੀ। ਉਹਦੀ ਵਿੱਦਿਆ ਦੱਸਦੀ ਹੈ ਕਿ ਜਿਨ੍ਹਾਂ ਦੇ ਚਰਨਾਂ 'ਚ ਪਦਮ ਹੁੰਦਾ ਹੈ ਉਹ ਸੰਸਾਰ 'ਤੇ ਬਹੁਤ ਘੱਟ ਹੁੰਦੇ ਨੇ, ਵਿਰਲੇ ਹੁੰਦੇ, ਅਤੇ ਉਹ ਅਵਤਾਰੀ ਪੁਰਸ਼ ਹੋਇਆ ਕਰਦੇ ਨੇ ਜਾਂ ਚੱਕਰਵਰਤੀ ਰਾਜੇ ਹੋਇਆ ਕਰਦੇ ਨੇ, ਸਤਪੁਰਖ ਹੁੰਦੇ ਨੇ ਜਾਂ ਸੱਚਾ ਸਤਿਗੁਰ ਹੈ ਜਿਹਦੇ ਚਰਨ 'ਚ ਹੋ ਸਕਦਾ। ਉਹਨੇ ਆਪਣੀ ਵਿੱਦਿਆ ਨਾਲ ਅਨੁਮਾਨ ਲਾਇਆ ਹੋਇਆ ਸਾਧ ਦੀ। ਜਦੋਂ ਦੁਰਗਾ ਦੱਤ ਪੰਡਿਤ ਨੇ ਦੇਖਿਆ ਮਾਰ ਦੇ ਚਰਨਾਂ ਵੱਲ, ਬਹੁਤਾ ਲਿਸ਼ਕਾਰ ਗੁਰੂ ਜੀ ਦੀ ਤਲੀ ਦਾ ਸੀ, ਜਦੋਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਡਲਕਾਂ ਮਾਰ ਰਿਹਾ ਉਹ ਪਦਮ, ਦੁਰਗਾ ਦੱਤ ਪੰਡਿਤ ਛੇਤੀ ਨਾਲ ਨੇੜੇ ਆਇਆ, ਧਿਆਨ ਨਾਲ ਦੇਖਣ ਲੱਗਾ, ਪ੍ਰਣਾਮ ਕੀਤਾ ਗੁਰੂ ਅਮਰਦਾਸ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਤਰਭ ਕੇ ਉੱਠ ਕੇ ਬੈਠ ਗਏ, ਮਹਾਰਾਜ ਪੰਡਿਤ ਜੀ ਕਿਉਂ ਭਾਰ ਚੜਾਉਂਦੇ ਹੋ, ਮੈਂ ਤਾਂ ਆਮ ਇਨਸਾਨ ਹਾਂ, ਮੈਨੂੰ ਕਿਉਂ ਮੱਥਾ ਟੇਕਦੇ ਹੋ ਤੁਸੀਂ, ਨਾ ਕੋਈ ਮੇਰੀ ਭਜਨ ਬੰਦਗੀ, ਨਾ ਕੋਈ ਐਸਾ ਮੈਂ ਕੋਈ ਨੇਕ ਕਰਮ ਕੀਤਾ ਹੈ, ਮੈਨੂੰ ਮੱਥਾ ਟੇਕਦੇ। ਦੁਰਗਾ ਦੱਤ ਪੰਡਿਤ ਕਹਿੰਦਾ ਹੈ ਮੈਂ ਜੋਤਿਸ਼ ਵਿੱਦਿਆ ਜਾਣਦਾ, ਆਪਣੀ ਜੋਤਿਸ਼ ਵਿੱਦਿਆ ਅਨੁਸਾਰ ਕਹਿ ਸਕਦਾ, ਤੁਸੀਂ ਆਮ ਇਨਸਾਨ ਨਹੀਂ, ਜਿਹੜਾ ਤੁਹਾਡੇ ਚਰਨ 'ਚ ਪਦਮ ਹੈ ਇਹ ਅਵਤਾਰੀ ਪੁਰਸ਼ ਦੇ ਹੁੰਦਾ ਹੈ, ਤੁਹਾਨੂੰ ਕੋਈ ਐਸਾ ਮਾਣ ਰੁਤਬਾ ਪ੍ਰਾਪਤ ਨਹੀਂ ਹੋਇਆ, ਇਹ ਜਿਹੜਾ ਪਦਮ ਹੈ ਕਿਸੇ ਪੂਜਨੀਕ ਮਹਾਂਪੁਰਖ ਦੇ ਚਰਨਾਂ 'ਚ ਹੁੰਦਾ ਹੈ, ਕੋਈ ਗੁਰੂ ਸੱਚਾ ਪਾਤਸ਼ਾਹ ਉਹਦੇ ਚਰਨ 'ਚ ਹੁੰਦਾ ਹੈ, ਜਾਂ ਚੱਕਰਵਰਤੀ ਰਾਜਾ ਹੋਵੇ ਉਹਦੇ ਚਰਨ 'ਚ ਹੁੰਦਾ ਹੈ। ਤੁਹਾਡੇ ਤੇ ਐਸਾ ਸਮਾਂ ਨਹੀਂ ਅਜੇ ਆਇਆ, ਮਹਾਰਾਜ ਕਹਿੰਦੇ ਮੇਰੇ ਤੇ ਤਾਂ ਐਸਾ ਸਮਾਂ ਨਹੀਂ ਆਇਆ ਕੋਈ, ਕਹਿ ਲੰਗੇ ਫਿਰ ਤੁਸੀਂ ਤਾਂ ਰਾਜਿਆਂ ਦੇ ਰਾਜੇ, ਤੁਹਾਡੇ ਤੇ ਤਾਂ ਸਿਰ ਤੇ ਚੋਰ ਝੁੱਲੇਗਾ, ਸੱਚਾ ਪਾਤਸ਼ਾਹ ਲੋਕ ਆਖਣਗੇ ਆਪ ਜੀ ਨੂੰ, ਆਪਣੀ ਜੋਤਿਸ਼ ਵਿੱਦਿਆ ਦਾ ਅਨੁਮਾਨ ਲਾ ਰਿਹਾ, ਆਪਣੇ ਜੋਤਿਸ਼ ਵਿੱਦਿਆ ਦੇ ਅਨੁਮਾਨ ਨਾਲ ਉਹਨੇ ਦੱਸਿਆ ਸਾਧ ਜੀ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਮੈਂ ਸੱਚਾ ਪਾਤਸ਼ਾਹ ਹਾਂ, ਮੇਰੇ ਸਿਰ ਤੇ ਚੋਰ ਝੁੱਲੇਗਾ,
मेरी तो उम्र सारी बीत गई है, बुढ़ेपा शुरू हो गया। बचपन गया, जवानी गई, बुढ़ेपा भी जा रहा। चार दिन होर पता नहीं जाना है कि नहीं जाना। पर वो दुर्गा दत्त पंडित कह लगा, नहीं महाराज, तुहाडे ते ऐसा समा जरूर आएगा। गुरु अमरदास महाराज कहिंदे 20 वार हरिद्वार गया हो गए ने, साल बाद हरिद्वार आईदा, गंगा दा इशनान करीदा, सैकड़े पंडितां नाल मिलाप होया, रिखियां नाल मिलाप होया, साधुआं नाल, ब्रह्म ज्ञानियां नाल मिलाप होया। उन्होंने तो कदी गल नहीं आखी मेरे नाल क्यों मखौल करदे हो। दुर्गा दत्त पंडित कहिंदा है, नहीं महापुरशो, मैं मखौल नहीं करता। सत्संग जी सारे तवज्जो दे के गुरु की कथा सरवण करो। दुर्गा दत्त कहिंदा है, मैं कोई मखौल नहीं कीता, पर ये तुहाडे ते समा जरूर आवेगा। हुण ये परमात्मा दा हुक्म है, कदों आऊंगा मैं अपनी विद्या अनुसार बड़े भरोसे नाल कह सकदा, तुसी जरूर पातशाह बनोगे। गरीब अमीर आपकी पूजा करया करना, पर गुरु जी चुप कर गए। इत्थे जिहड़ी विचार है, भाई वीर सिंह ने कहा कि ब्रह्मचारी जिहड़े नाल महाराज दे यात्रा करदे सी, उन्हां दे हत्थों कोई छकिया जां इस तरह भी कई इतिहासकारां ने लिखिया है, उन्होंने पुछया भी तुहाडा गुरु कौन है। गुरु अमरदास महाराज जी कहने लगे, हर साल मैं हरिद्वार का इशनान करदा, पैदल यात्रा करदा, खोट समाला फेरदा रोज। हजे भी गुरु धारण की लोड़ है। पर श्री गुरु नानक चमत्कार विच लिखिया है कि दुर्गा दत्त पंडित नाल ये विचार हुई है। पर जिवें भी हुई विचार, सारे चंगे ने, इतिहासकार सत्कार योग हन। पर महाराज नूं यही कहा गया, तुसी निगुरे हो। जिवें पंडित ने भी कहा, दुर्गा दत्त ने, मेरा कर्म धर्म सब भ्रिष्ट हो गया तुहाडे नूं गुरु दे हत्थों का के, यही कारण है कि तुहानूं ये समा नहीं प्राप्त होया सच्चा पातशाह बनना, क्योंकि तुसी गुरु धारण नहीं कीता। जिवें महाराज की बाणी भी कहिंदी है, भाई रे गुरबिन ज्ञान ना होए, पुछो ब्रह्म नारद है वेद व्यास है, बिन सतगुर किन्ने न पायो, बिन सतगुर किन्ने न पाया, बिना बिन गुर पूरे नाही उधार, बाबा नानक आखे कह विचार। बिना गुरु तो उधार ही नहीं है, जम्मण मरण के गेड विच जीव पैंदा है निगुरा होके। जम्मण मरण का गेट ता ही कट्टिया जाता है गुरु वाले बन के, गुरु उपदेश की कमाई करके। इस तरह भी पुरातन विद्वान कथा करया कर दे के, वो पंडित ने कहा, वो ब्रह्मचारी ने कहा, मेरा कर्म धर्म भ्रष्ट हो गया। तो इस तरह भी विचार मिलती है, वो ब्रह्मचारी ने या दुर्गा दत्त पंडित ने कहा, पहला पूछया मैं जिंदे हथों छकदा गुरु वाला होवे, तुसी गुरु नहीं धारण किया, मैं तुहाडे हथों नहीं छकना, क्योंकि निगुरे दा हथों मैं छकदा नहीं। निगुरे दा कदी कल्याण नहीं हुंदा, वो जम्मण मरण दे गेड विच जांदा है, दुख सहारदा है। तुसी गुरु धारण करो, महाराज हथों कुछ नहीं छकिया सत्संग जी। भावें महाराज कुछ छकाउणा चाहुंदे सी, पर उन्हें महाराज हथों नहीं छकिया। ते सतपुरश कई विचार करदे सी, मैं छक लिया, मेरा कर्म धर्म भ्रष्ट हो गया।
ਅਤੇ ਸਾਰੀਆਂ ਵਿਚਾਰਾਂ ਦਾ ਸਿਧਾਂਤਕ ਭਾਵ ਇਹ ਹੀ ਨਿਕਲਦਾ ਹੈ ਕਿ ਮਹਾਰਾਜ ਨੂੰ ਨਗੁਰਾ ਕਿਹਾ ਗਿਆ, ਤੁਸੀਂ ਨਗੁਰੇ ਹੋ, ਗੁਰੂ ਧਾਰਨੀ ਕੀਤਾ ਹੈ। ਇਸ ਤਰ੍ਹਾਂ ਕੁਛ ਬੋਲਦਾ ਹੋਇਆ ਪੰਡਿਤ ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਬੁਢੇਪਾ ਵੀ ਤੁਹਾਡਾ ਜਾ ਰਿਹਾ ਹੈ, ਕਦੋਂ ਗੁਰੂ ਧਾਰਨ ਕਰੋਗੇ? ਮਹਾਰਾਜ ਸੱਚੇ ਪਾਤਸ਼ਾਹ ਬਾਣੀ ਜੀ ਕਹਿੰਦੇ ਨੇ, ਭਗਤ ਹੀ ਨਿਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਬਾਣੀ ਵੀ ਕਹਿੰਦੀ ਹੈ ਵਿਅਰਥਾ ਹੈ ਦੁਨੀਆਂ 'ਤੇ ਜੇ ਗੁਰੂ ਵਾਲਾ ਨਹੀਂ ਬਣਿਆ, ਗੁਰੂ ਉਪਦੇਸ਼ ਦੀ ਕਮਾਈ ਨਹੀਂ ਕੀਤੀ, ਸੇਵਾ ਸਿਮਰਨ ਭਜਨ ਬੰਦਗੀ ਨਹੀਂ ਕੀਤੀ, ਤੇਰਾ ਦੁਨੀਆਂ 'ਤੇ ਆਇਆ ਬਿਰਥਾ। ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ। ਦੁਰਗਾ ਦੱਤ ਪੰਡਿਤ ਬੋਲਦਾ ਹੋਇਆ ਤੁਰ ਗਿਆ, ਗੁਰੂ ਅਜੇ ਧਾਰਨ ਕੀਤਾ, ਉਮਰ ਸਾਰੀ ਬੀਤਦੀ ਜਾਂਦੀ ਹੈ। ਮਨੁੱਖਾ ਜਨਮ ਤਾਂ ਮੁਕਤ ਤਾਂ ਕੀ ਮਿਲਣੀ ਹੈ, ਮਨੁੱਖਾ ਜਨਮ ਵੀ ਨਹੀਂ ਮਿਲਣਾ ਹੈ, ਕਿਉਂਕਿ ਗੁਰੂ ਵਾਲਾ ਬਣ ਕੇ ਹੀ ਸਤਸੰਗ ਜੀਵ ਦਾ ਭਲਾ ਹੋਣਾ ਹੈ। ਜੇ ਗੁਰੂ ਵਾਲਾ ਨਾਮ ਬਣਿਆ ਮਨੁੱਖਾ ਜਨਮ ਮੁਕਤ ਤਾਂ ਕੀ ਮਿਲਣੀ ਹੈ, ਮਨੁੱਖਾ ਜਨਮ ਵੀ ਨਹੀਂ ਮਿਲਣਾ। ਗੁਰੂ ਅਮਰਦਾਸ ਮਹਾਰਾਜ ਨੇ ਸਾਰੇ ਬਚਨ ਦੁਰਗਾ ਦੱਤ ਪੰਡਿਤ ਦੇ ਸੁਣੇ, ਉਹ ਬੋਲਦਾ ਹੋਇਆ ਤੁਰ ਗਿਆ। ਆਪਣੇ ਆਪ ਨੂੰ ਕੋਸਦੇ ਨੇ ਗੁਰੂ ਅਮਰਦਾਸ, ਮੈਂ ਇੰਨਾ ਮੰਦਾ ਕਿ ਮੇਰੇ ਹੱਥੋਂ ਕੋਈ ਵਸਤੂ ਲੈ ਕੇ ਖਾਣ ਨੂੰ ਪਾਪ ਸਮਝਦਾ ਹੈ, ਮੈਂ ਨਿਗੁਰਾ ਹਾਂ, ਨਿਗੁਰਾ ਹੋਣਾ ਇੰਨਾ ਮਾੜਾ, ਉਮਰ ਬੀਤ ਚੱਲੀ ਹੈ, ਇਹ ਗਿਆਨ ਹੀ ਨਹੀਂ ਹੋਇਆ, ਪਰ ਹੁਣ ਜ਼ਰੂਰ ਗੁਰੂ ਧਾਰਨ ਕਰਾ। ਹੁਣ ਖਿਆਲਾਂ ਦੇ ਸਾਗਰ ਦੇ ਵਿੱਚ ਮਨ ਦੀ ਬੇੜੀ ਤਰਦੀ ਹੋਈ ਡੋਲਣ ਲੱਗੀ ਮਹਾਰਾਜ ਗੁਰੂ ਅਮਰਦਾਸ ਮਹਾਰਾਜ। ਪਾਰ ਲੱਗਣ ਦਾ ਕੋਈ ਨਾ ਕੋਈ ਵਸੀਲਾ ਢੂੰਡਣ ਲੱਗੀ ਖਿਆਲਾਂ ਦੇ ਸਾਗਰ ਵਿੱਚ। ਮਨ ਦੀ ਬੇੜੀ ਦੇ ਜਿਹੜੀ ਡੋਲਣ ਲੱਗੀ ਸਾਸਨ, ਘਰ ਆਏ ਪਰ ਧਿਆਨ ਉਹੀ ਵਿਚਾਰਾਂ ਦੇ ਵਿੱਚ ਹੈ। ਹੁਣ ਖਾਣਾ ਪੀਣਾ ਵੀ ਚੰਗਾ ਨਹੀਂ ਲੱਗਦਾ, ਪਹਿਲਾਂ ਯਾਤਰਾ ਕਰਕੇ ਆਉਂਦੇ ਸੀ, ਸਾਰੇ ਪਰਿਵਾਰ ਨੂੰ ਮਿਲਦੇ ਸੀ ਬੜੇ ਖੁਸ਼ ਹੋ ਕੇ, ਪਰ ਅੱਜ ਸੁੰਨਾ ਸੁੰਨਾ ਜਿਹਾ ਲੱਗ ਰਿਹਾ, ਮਨ ਨੂੰ ਕੋਈ ਸਕੂਨ ਨਹੀਂ ਹੈ, ਜਿਵੇਂ ਰੂਹ ਗੁਰੂ ਦੀ ਭਾਲ ਕਰ ਰਹੀ ਸੀ, ਜਿਵੇਂ ਜਲ ਤੋਂ ਬਿਨਾਂ ਮਛਲੀ ਤੜਪ ਰਹੀ, ਇਸ ਤਰ੍ਹਾਂ ਦੀ ਹਾਲਤ ਮਹਾਰਾਜ ਦੀ ਹੋ ਚੁੱਕੀ ਸੀ। ਸੋ ਸਤਸੰਗ ਜੀ, ਗੁਰੂ ਅਮਰਦਾਸ ਮਹਾਰਾਜ ਦਾ ਮਨ ਬੜਾ ਵਿਆਕੁਲ ਹੈ। ਉਹੀ ਗੱਲਾਂ ਸਾਹਮਣੇ ਆਈ ਜਾਂਦੀਆਂ ਨੇ ਦੁਰਗਾ ਦੱਤ ਪੰਡਿਤ ਦੀ। ਗੁਰੂ ਨੇ ਧਾਰਨ ਕੀਤਾ, ਨਗੁਰੇ ਹੋ, ਮੈਂ ਨਗੁਰੇ ਦੇ ਹੱਥੋਂ ਛਕਦਾ ਨਹੀਂ, ਜਾਂ ਨਗੁਰੇ ਦਾ ਖਾ ਕੇ ਕਰਮ ਧਰਮ ਸਭ ਭ੍ਰਿਸ਼ਟ ਹੋ ਜਾਂਦਾ। ਉਹ ਸਾਰੀਆਂ ਗੱਲਾਂ ਅੱਖਾਂ ਦੇ ਸਾਹਮਣੇ ਵਾਰ ਵਾਰ ਆਈ ਜਾਂਦੀ। ਖਾਣਾ ਪੀਣਾ ਵੀ ਭੁੱਲ ਗਿਆ, ਵਿਚਾਰਾਂ ਵਿੱਚ ਡੁੱਬੇ ਰਹਿੰਦੇ ਨੇ, ਕਿਸ ਨੂੰ ਗੁਰੂ ਧਾਰਨ ਕਰਨ, ਕਿਉਂਕਿ ਬਿਨ ਗੁਰ ਪੂਰੇ ਨਾ ਹੀ ਹੁੰਦਾ, ਗੁਰੂ ਵੀ ਪੂਰਾ ਮਿਲੇ ਤਾਂ ਜਨਮ ਸਫਲਾ ਹੁੰਦਾ। ਸਾਸਨ ਕੋਈ ਪਖੰਡੀ ਜਾਂ ਨਾ, ਜਿਵੇਂ ਵਿਅਕਤੀਗਤ ਗੁਰੂ ਬੜੇ ਬਣ ਕੇ ਬੈਠ ਜਾਂਦੇ ਹਨ, ਆਪ ਤਾਂ ਡੁੱਬਦੇ ਨੇ, ਉਹਨਾਂ ਨਾਲ ਜੁੜਨ ਵਾਲੇ ਉਹ ਵੀ ਡੁੱਬ ਜਾਂਦੇ ਹਨ। ਤਾਂ ਕਰਕੇ ਮਾਰ ਕਹਿੰਦੇ ਨੇ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਗਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾ। ਪੂਰੇ ਦੇ ਗੁਰੂ ਦੇ ਲੜ ਲੱਗਣਾ, ਪੂਰੇ ਗੁਰੂ ਦਾ ਲੜ ਫੜਨਾ ਹੈ। ਉਹਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸ ਪਾਤਸ਼ਾਹ ਜੋ ਸਾਨੂੰ ਉਪਦੇਸ਼ ਹੈ ਸਾਸਨ ਜੀ, ਸਾਰਿਆਂ ਨੇ ਆਪਾਂ ਖੰਡੇ ਵੱਟ ਦੰਬਰ ਛੱਕ ਕੇ ਗੁਰੂ ਵਾਲੇ ਬਣਨਾ, ਗੁਰੂ ਦੇ ਲੜ ਲੱਗਣਾ, ਗੁਰੂ ਨਾਲ ਜੁੜਨਾ, ਤਾਂ ਸਾਡਾ ਇਹ ਜਨਮ ਸਫਲ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਵਿਚਾਰਾਂ ਵਿੱਚ ਡੁੱਬੇ ਰਹਿੰਦੇ ਨੇ, ਕਿਸ ਨੂੰ ਗੁਰੂ ਧਾਰਨ ਕਰਾਂ? ਗੁਰੂ ਅੰਗਦ ਦੇਵ ਮਹਾਰਾਜ ਦੀ ਜਿਹੜੀ ਸਪੁੱਤਰੀ ਸੀ ਬੀਬੀ ਅਮਰੋ, ਇਹ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਨਾਲ ਵਿਆਹੀ ਹੋਈ ਸੀ, ਜੱਸੂ ਨਾਲ।
गुरु अमरदास महाराज जिहड़ा भरा है छोटा उनका लड़का है जसू उनके नाल ब्याही हुई सी। सो आप जी नूं पता ही है कि अज तो कुछ साल पहला आपां जी निगाह मारीए 20 साल पिछे 50 साल परिवारां दे परिवार कई कई कट्ठे ही रहिंदे हुंदे सी, सारे भरा सारे परिवार कट्ठे ही रहा करदे हुंदे सी। गुरु अमरदास महाराज सारे भरा जिवें कट्ठे, अगे फिर भतीजे जिहड़े बच्चे सारे कट्ठे। हुण गुरु अमरदास महाराज दे भतीजे नूं व्याही होई है गुरु अंगद देव महाराज दी सपुत्री बीबी अमरो, पर गुरु अमरदास जी नूं अजे पता नहीं सी लगा कि उन्हां दा जिहड़ा कुड़म है सच्चा पातशाह बन चुका है, क्योंकि गुरु अंगद देव महाराज जी गुरु बनण दी चर्चा अजे दूर दूर तक ज्यादा फैली नहीं हुई सी। अजे गुरु बने सी गुरु नानक देव महाराज की कृपा हुई सी थोड़ा चिर पहले। हाँ, भाई लैने करके जानते सी कुड़म सी लैना, पर गुरु नानक देव महाराज ने अपने अंग नाल ला के लैने तो अंगद बना दिता सी। इस करके गुरु अंगद देव महाराज बारे इन्ना ज्यादा नहीं पता सी, ये जरूर पता सी भी साडा कुड़म लैना है, ते ना ही कदी बीबी अमरो ने गल छेड़ी सी दसी सी कि मेरे पिता जी गुरु बन गए हैं। सुसार सिंह जी बीबी अमरो अपने नित दे नेम अनुसार अमृत वेले उठदी है, अमृत वेले उठ के इस तरह इतिहासकार विद्वान दसते हैं कि जो मदानी दही पा के रिड़किया करते दुध में जोड़ा दुध जमाया होंगे जाग लाई होंगी सी, जो रिड़कते ही नाल बाणी पढ़ते आसा दीवार के पाठ इत्यादि करते, जो गुरु पिता गुरु अंगद देव मन सिक्ख्या दी गुरबाणी का पाठ कराया करते। इस तरह का जीवन होना चाहिए बच्चिया का धियां का, अमृत वेले उठना बाणी नाल सिमर नाल जुड़ना चाहिए। गुरु अंगद देव महाराज की धी बीबी अमरो अपना नित करम नित नेम रोज का अमृत वेले उठ के पाठ कराया करते। गुरमत अनुसार जीवन बतीत कर रहे सी, घर विच कोई सी अमृत वेले उठ के इशनान किया बीबी अमरो ने। इधर गुरु अमरदास महाराज जी जे गुरु तो नहीं बने, पर उन्हां दा नेम सी वह भी अमृत वेले रोज उठते होंगे, बड़े साधु सुभा दे सी गुरु अमरदास महाराज, वह भी अपना अमृत वेले उठ के सिमन करते होंगे। पर जदों अज अमृत वेले उठे ने मंजे ते बैठे ने, ध्यान ख्याल उही विचारां विच जिहड़ा दुर्गादत्त पंडित ब्रह्मचारी कह गए सी नगुरा नगुरे दे थों खा के कर्म धर्म प्रिष्टया जांदा, जप तप भंग हो जांदा है, नगुरे नूं मनुखा मुक्तता की मिलनी है, मनुखा जन्म भी नहीं मिलदा। ते इधर बीबी अमरो अमृत वेले उठ के इनान करके गुरु बाबा जी की बाणी पढ़ती, करनी कागत मन मसवाणी बुरा भला दोए लेख पे, ज्यों ज्यों किरत चलाए त्यों चलिए तौ गुण नाही अंत हरे, चित चेतस की नहीं बावरिया हर बिसरत तेरे गुण गलिया रहा, जाली रहन जाल दिन हुआ जेती घड़ी फाही तेती, रस रस चोग चुगे नित फासै झूठ समूढ़े कवन गुणी, काया आरण मन विच लोहा पंथ अगण तित लाग रही, कोयले पापड़े ते सूपर मन जलिया सन्नी चिंत पई, पिया मनूर कंचन फिर होवै जे गुर मिले तनेहा, एक नाम अमृतो देवै तो नानक त्रिष्ट सदेहा।
गुरु रूप गुरु खालसा साहसन जी शब्द पढ़िया बीबी अमर जो श्री गुरु नानक चमत्कार भी लिखा हुआ इंदा अर्थ सी करनी कागत मन मसवाणी बुरा भला दो लेख पे ए शरीर जो हर करन करन दा वसीला है ये कागज है मन मानो कागज है शरीर मन मसवाणी मन स्याही दी दवात बुरा भला दो लेख पे एड़ा बुरा भला दो लेख पे कलम है पापा ते पुन्ना नूं लिख दे रहे दे मन स्याही दी दवात ते कलम है पापा ते पुन्ना नूं लिख दे रहे दे पाप पुन जो बीज दे सब धर्म राय कहंदा है बुरा भला दो लेख पे ज्यों ज्यों किरत चलाए त्यों चलिए तौ गुण नाहीं अंत हरे इस तरह मनुख नूं कर्म चलाउंदे हन जैसा बीजे सो लोणे कर्म चलाउंदे हन मनुख नूं बंदे नूं तिवें ही चलदा है कहिंदे जिवें दे कर्म कीते ने वैसा ही फल मिलदा जैसी करनी आपे बीज आपे ही खाओ करनी कागत मन मसवाणी ए कागत रूपी शरीर ए बुरे भले तो लेख जिवें जिवें करमी आपो अपनी चंगियाईयां बुरियाईयां वाचे धर्म जिवें जिवें कर्म कीते हन कर्मां दे हिसाब नाल ही जीव चलदा है मतलब जिवें दे इन्ने कम कीते हैं इस करके महाराज कहिंदे ने तू चंगा कर्म कर चित चेतस कई नहीं बावरिया हर बिसर तेरे गुण गलिया मन तू परमेश्वर नूं क्यों नहीं चेते करदा उसदे चेते करन वाली तेरा छुटकारा है उहदे चेते करन वाली तेरा भला होना जाली रहन जाल दिन हुआ जेती घड़ी फाई तेती रस चोग चुगे नित पासे छूट समूड़े कवन गुणी परमेश्वर दे भुल जान कारण तेरे सारे गुण नाश हो जाते हैं रात दे दिने चौबी घंटे जो कर्म करदा है वह सारे कर्म फाई रूप हैं जो तेनू परमेश्वर तो दूर लै जा रहे हैं इस तरह इत्यादिक सत्संग जी शब्द विच सिख्या मिल रही है गुरु अमरदास महाराज वह सारा मन ते लागू हो रहा है जिहड़ा शब्द बीबी अमरो पढ़ रही है कि पूरे गुरु तो बिना भला नहीं है ते यही हालत हो चुकी सी काया अरन मन विच लोहा पंच अगण तित लाग रही कोयले पाप पड़े तिस उपर मन जलिया सन्नी चिंत पई प्या मनूर कंचन फिर होवे जे गुर मिले तनेहा एक आ नाम अमर तो देवे तो नानक त्रिष्ट देव जिवें लोहे दा टुकड़ा सड़के मनूर हो जाता है इस तरह गुरु अमरदास महाराज ने मेरा मन भी हो चुका है पर जे पूरा गुरु मिल जाए सासन जी ही मनूर वाला लोहा जेड़ा है सोना बन जाता है कंचन बन जाता है पिया मनूर कंचन फिर होवे जे गुर मिले ते नहीं जे पूरा गुरु मिल जाए इस तरह पुराने महापुरुष सतपुरश भी इस तरह पढ़ते ने कि यह भी शब्दासा दी वार दे भी पढ़े गए कुंभे बदा जलद है जल बिन कुंभ न होए ज्ञान कबदा मंद है गुरु बिन ज्ञान न होए क्योंकि भी अमृत वेले बाणी पढ़ी जाती महाराज त्यासा दी वार च थां थां ते हुंदा है बिन सतगुर किने न पायो बिन सतगुर किने न पायो सतगुर विच आप रखियों इत्यादि गुरु वाले बन दा उपदेश हुंदा है बाणी विच ये सारा उपदेश मन ते लागू हो रहा है गुरु अमरदास महाराज जी सुन रहे ने हुण भरा दी सुसा संगी जिहड़ा भरा है उहदा जिहड़ा पुत्र है
ਭਤੀਜਾ ਲੱਗਦਾ ਗੁਰੂ ਅਮਰ ਦਾ, ਉਹਨੂੰ ਵਿਆਹੀ ਸੀ ਬੀਬੀ ਅਮਰੋ, ਉਹਨੂੰ ਹੀ ਲੱਗੀ ਗੁਰੂ ਅਮਰਦਾਸ ਮਹਾਰਾਜ। ਕਹਿੰਦੇ ਕੋਲ ਜਾ ਕੇ ਕੰਧ ਦੇ ਨਾਲ ਮਹਾਰਾਜ ਰੁਕੇ ਤੇ ਬਾਣੀ ਸੁਣਦੇ ਰਹੇ। ਮਨ ਨੂੰ ਬੜਾ ਸਕੂਨ ਮਿਲਿਆ ਬੀਬੀ ਅਮਰੋ ਜੀ ਦੇ ਮੁੱਖ ਤੋਂ ਬਾਣੀ ਸੁਣਦੇ, ਬੜੀ ਸੁਰੀਲੀ ਆਵਾਜ਼, ਬੜੇ ਮਿਠਾਸ ਵਿੱਚ ਬਾਣੀ ਪੜ੍ਹਦਾ। ਜਦੋਂ ਬਾਣੀ ਦਾ ਸਾਰਾ ਪਾਠ ਕਰ ਲਿਆ, ਪੁੱਛਿਆ ਬੇਟਾ ਇਹ ਬਾਣੀ ਕਹਿੰਦੀ ਹੈ? ਕਹਿੰਦੀ ਇਹ ਬਾਣੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਦੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਬਾਣੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪ ਜੋਤੀ ਜੋਤ ਸਮਾ ਗਏ। ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਨੇ ਪੁੱਛਿਆ ਸੀ ਕਿੱਥੇ ਰਹਿੰਦੇ ਨੇ ਉਹ ਗੁਰੂ? ਕਹਿੰਦੇ ਕਰਤਾਰਪੁਰ ਰਹਿੰਦੇ ਨੇ, ਪਰ ਹੁਣ ਜੋਤੀ ਜੋਤ ਸਮਾ ਗਏ। ਕਈ ਸਤਿਗੁਰ ਦੱਸਦੇ ਨੇ ਇੰਨਾ ਧੱਕਾ ਜਿਹਾ ਲੱਗਾ ਇੱਕਦਮ, ਇੱਕੋ ਆਸ ਜਾਗੀ ਸੀ ਗੁਰੂ ਵਾਲੇ ਗੁਰੂ ਧਾਰਨ ਦੀ। ਫਿਰ ਕਹਿੰਦੇ ਨੇ ਬੀਬੀ ਅਮਰੋ ਜੀ ਕਹਿਣਗੇ ਮੇਰੇ ਪਿਤਾ ਨੂੰ ਆਪਣੀ ਥਾਂ 'ਤੇ ਬਿਠਾ ਗਏ ਨੇ ਲੈਣੇ ਨੂੰ, ਕਿਉਂਕਿ ਲੈਣੇ ਕਰਕੇ ਜਾਣਦੇ ਸੀ। ਕਹਿੰਦੇ ਹੁਣ ਆਪਣੇ ਅੰਗ ਨਾਲ ਲਾ ਕੇ ਉਹਨਾਂ ਨੇ ਅੰਗਦ ਬਣਾ ਦਿੱਤਾ ਗੁਰੂ ਅੰਗਦ ਦੀ, ਉਹਨਾਂ ਦੀ ਗੁਰਤਾ ਗੱਦੀ 'ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਬਿਰਾਜਮਾਨ ਹਨ। ਉਹ ਜੀਵਨ ਦਾ ਭਲਾ ਕਰ ਰਹੇ ਹਨ। ਕਹਿਣਗੇ ਧੀਏ ਮੇਰੇ ਮਨ ਨੂੰ ਚੈਨ ਨਹੀਂ ਸਕੂਨ ਨਹੀਂ ਹੈ, ਪਰ ਆ ਬਾਣੀ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਿਆ, ਤਿਉਂ ਕਰ ਆਪਣੇ ਗੁਰੂ ਪਿਤਾ ਕੋਲ ਮੈਨੂੰ ਲੈ ਕੇ ਚੱਲ। ਗੁਰੂ ਅਮਰਦਾਸ ਮਹਾਰਾਜ ਨੂੰ ਬੀਬੀ ਅਮਰੋ ਕਹਿੰਦੀ ਹੈ ਮੈਨੂੰ ਮੇਰੇ ਪਿਤਾ ਦਾ ਹੁਕਮ ਹੈ ਕਿ ਬਿਨਾਂ ਆਗਿਆ ਤੋਂ ਆਉਣਾ ਨਹੀਂ, ਜਦ ਤੱਕ ਅਸੀਂ ਬੁਲਾਈਏ ਨਾ ਖੰਡੂਰ ਸਾਹਿਬ ਨਹੀਂ ਆਉਣਾ। ਇਸ ਕਰਕੇ ਮੈਂ ਉਹਨਾਂ ਦੀ ਆਗਿਆ ਦੀ ਆਗਿਆ ਨੂੰ ਤੋੜ ਨਹੀਂ ਸਕਦੀ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਧੀਏ ਗੱਲ ਦੀ ਖਿਮਾ ਅਸੀਂ ਮੰਗ ਲਾਂਗੇ, ਪਰ ਸਾਡੇ 'ਤੇ ਪਰਉਪਕਾਰ ਇਹ ਜ਼ਰੂਰ ਕਰਨ, ਸਾਨੂੰ ਖੰਡੂਰ ਸਾਹਿਬ ਲੈ ਕੇ ਚੱਲਾ ਗੁਰੂ ਪਿਤਾ ਜੀ ਕੋਲ। ਅਸੀਂ ਉਹਨਾਂ ਨੂੰ ਗੁਰੂ ਧਾਰਨ ਕਰਨਾ ਚਾਹੁੰਦੇ ਹਾਂ, ਅਸੀਂ ਵੀ ਆਪਣਾ ਜਨਮ ਸਫਲਾ ਕਰਨਾ ਚਾਹੁੰਦੇ ਹਾਂ। ਸੋ ਸਾਧ ਸੰਗਤ ਜੀ, ਗੁਰੂ ਅਮਰਦਾਸ ਮਹਾਰਾਜ ਨੇ ਜੋ ਬੀਬੀ ਅਮਰੋ ਦਾ ਸਹੁਰਾ ਭਰਾ ਲੱਗਦਾ ਸੀ ਉਹਨਾਂ ਨੂੰ ਵੀ ਕਿਹਾ ਕਿ ਮੇਰੇ ਨਾਲ ਭੇਜਿਆ ਜਾਵੇ। ਫਿਰ ਬੀਬੀ ਅਮਰੋ ਗੁਰੂ ਅਮਰਦਾਸ ਮਹਾਰਾਜ ਨੂੰ ਨਾਲ ਲੈ ਕੇ ਖੰਡੂਰ ਸਾਹਿਬ ਵਿਖੇ ਪਹੁੰਚ ਗਏ। ਸੋ ਸਾਧ ਸੰਗਤ ਜੀ, ਜਦੋਂ ਖੰਡੂਰ ਸਾਹਿਬ ਆਏ, ਬੀਬੀ ਅਮਰੋ ਜੀ ਕਹਿਣ ਲੱਗੀ ਗੁਰੂ ਅਮਰਦਾਸ ਮਹਾਰਾਜ ਨੂੰ ਮੈਂ ਆਪਣੇ ਗੁਰੂ ਪਿਤਾ ਕੋਲੋਂ ਆਗਿਆ ਲਿਆ। ਹਾਂ ਧੀਏ, ਗੁਰੂ ਕੋਲੋਂ ਆਗਿਆ ਲੈ ਕੇ ਦੀਵਾਨ ਲੱਗਿਆ ਹੋਇਆ ਸੀ ਮਹਾਰਾਜ ਦਾ, ਗੁਰੂ ਅੰਗਦ ਦੇਵ ਮਹਾਰਾਜ ਦੀਵਾਨ ਦੇ ਵਿੱਚ ਜਾ ਕੇ ਗੁਰੂ ਪਿਤਾ ਜੀ ਨੂੰ ਮੱਥਾ ਟੇਕਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਅੰਤਰ ਜਾਮੀ ਸੀ, ਬਿਨ ਬੋਲਿਆ ਸਭ ਕੁਝ ਜਾਣਦਾ। ਮਹਾਰਾਜ ਕਹਿਣ ਲੱਗੇ ਧੀਏ ਜੀ ਨੂੰ ਨਾਲ ਲੈ ਕੇ ਆਈਦਾ, ਬਾਹਰ ਖੜੇ ਨਹੀਂ ਕਰਨਾ ਚਾਹੀਦਾ, ਨਾਲ ਲੈ ਕੇ ਆਈਏ। ਜਿਹਨੂੰ ਨਾਲ ਲੈ ਕੇ ਆਈਏ ਉਹਨੂੰ ਬਾਹਰ ਨਾ ਖੜੇ ਕਰੀਦਾ, ਅੰਦਰ ਲੈ ਕੇ ਆਓ। ਸਰਵ ਘਟਾਂ ਦੀ ਜਾਣਨ ਹਾਰ ਸੀ ਸਤਿਗੁਰੂ ਜੀ। ਗੁਰੂ ਅਮਰਦਾਸ ਜੀ ਨੂੰ ਅੱਗੇ ਨਾਲ ਨਹੀਂ ਸੀ ਖੜਨਾ, ਉਹਨਾਂ ਨੂੰ ਨਾਲ ਲੈ ਕੇ ਆਏ। ਨਾਲ ਰਿਸ਼ਤੇਦਾਰੀ 'ਚ ਸਾਡੇ ਕੁੜਮ ਲੱਗਦੇ ਨੇ, ਇਸ ਤਰ੍ਹਾਂ ਵੀ ਕਈ ਇਤਿਹਾਸਕਾਰ ਨੇ ਕਿਹਾ ਜਿਸ ਬਜ਼ੁਰਗ ਨੂੰ ਸਾਥ ਲਿਆਈਏ ਉਸਨੂੰ ਅੱਗੇ ਕਿਉਂ ਨਹੀਂ ਲੈ ਕੇ ਆਈ ਧੀਏ? ਚੱਲ ਹੁਣ ਅਸੀਂ ਉਹਨਾਂ ਨੂੰ ਅੱਗੋਂ ਹੋ ਕੇ ਮਿਲਦੇ ਹਾਂ, ਨਾਲੇ ਕੁੜਮਾਚਾਰੀ ਦਾ ਜੋ ਰਿਸ਼ਤਾ ਉਹ ਵੀ ਨਿਭਾਉਂਦੇ,
ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਸਣ ਤੋਂ ਉੱਠ ਕੇ ਹੌਲੀ ਹੌਲੀ ਬਾਹਰ ਆਏ। ਗੁਰੂ ਅਮਰਦਾਸ ਜੀ ਬਾਹਰ ਖੜੇ ਹੋਏ ਸੀ ਆਪਣਾ ਕੁੜਮ ਸਮਝ ਕੇ, ਕਹਿੰਦੇ ਜੱਫੀ ਪਾ ਲਈ, ਐਸੀ ਪਿਆਰ ਦੀ ਜੱਫੀ ਪਾਈ ਕਿ ਸਤਸੰਗ ਜੀ ਨੇ ਮਾਨੋ ਜਿਵੇਂ ਕਿਰਪਾ ਇੰਨੀ ਕਰ ਦਿੱਤੀ, ਚਰਨਾਂ ਨਾਲ ਹਿਰਦੇ ਨਾਲ ਲਾ ਲਿਆ। ਇਸ ਤਰ੍ਹਾਂ ਵੀ ਵਿਦਵਾਨ ਦੱਸਦੇ ਹਨ, ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦਾ ਧਿਆਨ ਚਰਨਾਂ ਵੱਲ ਸੀ। ਮਹਾਰਾਜ ਦੇ ਚਰਨਾਂ 'ਚ ਢਹਿ ਪਏ ਇੱਕਦਮ, ਕਹਿੰਦੇ ਮਹਾਰਾਜ ਮੈਂ ਕੁੜਮ ਬਣ ਕੇ ਨਹੀਂ ਆਇਆ, ਮੈਂ ਸੇਵਕ ਬਣ ਕੇ ਆਇਆ। ਇਸ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਨੇ ਸਤਿਕਾਰ ਕੁੜਮਾਚਾਰੀ ਤੌਰ 'ਤੇ ਕੀਤਾ, ਸੁੱਖ ਸ਼ਾਂਤ ਪੁੱਛੀ, ਕਿਵੇਂ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ। ਮਹਾਰਾਜ ਮਨ ਬੜਾ ਵਿਆਕੁਲ ਹੈ, ਗੁਰੂ ਦੀ ਭਾਲ ਵਿੱਚ ਹੈ, ਸ਼ਾਂਤੀ ਢੂੰਡਣ ਵਾਸਤੇ ਆਪਣੇ ਚਰਨਾਂ ਦਾ ਆਸਰਾ ਲਿਆ। ਕਿਰਪਾ ਕਰੋ ਆਪਣੇ ਚਰਨਾਂ ਨਾਲ ਗੁਰੂ ਸੇਵਾ ਸਿਮਰਨ ਦੀ ਦਾਤ ਬਖਸ਼ੋ। ਕਹਿੰਦੇ ਗੁਰੂ ਨਾਨਕ ਦਾ ਦਰ ਖੁੱਲ੍ਹਾ ਹੈ, ਸੇਵਾ ਕਰੋ। ਸਾਧ ਸੰਗਤ ਦੀ ਸੇਵਾ ਅਤੇ ਨਾਮ ਸਿਮਰਨ ਹੀ ਸ਼ਾਂਤੀ ਦੇ ਸਾਧਨ ਹਨ। ਇਹ ਗੁਰੂ ਅੰਗਦ ਦੇਵ ਮਹਾਰਾਜ ਸਾਧਸੰਗ ਜੀ ਗੁਰੂ ਅਮਰਦਾਸ ਜੀ ਨੂੰ ਕਿਹਾ। ਇਹ ਕਹਿ ਕੇ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਚਰਨਾਂ ਉੱਤੇ ਮੱਥਾ ਟੇਕ ਦਿੱਤਾ। ਉਸ ਦਿਨ ਤੋਂ ਹੀ ਗੁਰੂ ਸੰਗਤ ਵਿੱਚ ਸੇਵਾ ਵਿੱਚ ਰੁੱਝ ਗਏ। ਜੈ ਬਸਾਲੈ ਤੈ ਬੈਸਾ ਸਵਾਮੀ, ਜੈ ਭੇਜੈ ਤੈ ਜਾਵਾਂ, ਸਭ ਨਗਰੀ ਮੈਂ ਇੱਕੋ ਰਾਜਾ ਸਭੇ ਪਵਿੱਤ ਹੈ। ਜਿਹਦਾ ਅਰਥ ਹੈ ਸਾਧਸੰਗ ਜੀ ਜਿੱਥੇ ਭੇਜੇ ਉੱਥੇ ਹੀ ਜਾਵਾਂ, ਜਿੱਥੇ ਬਿਠਾਵੇ ਉੱਥੇ ਬੈਠਾਂ। ਇਸ ਤਰ੍ਹਾਂ ਸੋ ਸਾਧਸੰਗ ਜੀ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਰਹਿ ਕਰਕੇ ਸੇਵਕ ਰੂਪ ਕੁੜਮਾਚਾਰੀ ਸੇਵਕ ਬਣ ਕੇ ਅਣਥੱਕ ਹੋ ਕੇ ਸੇਵਾ ਕੀਤੀ। ਭਾਵੇਂ ਆਯੂ ਵੀ 60 ਸਾਲ ਦੇ ਲਗਭਗ ਸੀ ਜਦੋਂ ਗੁਰੂ ਸ਼ਰਨ ਵਿੱਚ ਆਏ ਨੇ, ਜਦੋਂ ਗੁਰੂ ਧਾਰਨ ਕੀਤਾ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਚਰਨਾਂ ਦਾ ਆਸਰਾ ਲਿਆ। ਜਦੋਂ 60 ਸਾਲ ਦੇ ਲਗਭਗ ਉਮਰ ਹੋ ਚੁੱਕੀ ਸੀ ਗੁਰੂ ਅਮਰਦਾਸ ਮਹਾਰਾਜ, ਇੱਥੇ ਫਿਰ ਸੇਵਾ ਕਰਦੇ ਨੇ ਗੁਰੂ ਦੇ ਲੰਗਰਾਂ ਦੇ ਵਿੱਚ, ਕਿਤੇ ਬਰਤਨਾਂ ਦੀ ਕਿਤੇ ਝਾੜੂ ਦੀ, ਬੜੇ ਭਾਵਨਾ ਸਹਿਤ ਸੇਵਾ ਕਰਦੇ। 24 ਘੰਟੇ ਸੇਵਾ ਅਤੇ ਨਾਮ ਸਿਮਰਨ ਵਿੱਚ ਰੁੱਝ ਗਏ। ਆਰਾਮ ਕਰਨ ਅਤੇ ਨੀਂਦ ਲੈਣ ਦਾ ਚੇਤਾ ਹੀ ਪੈ ਗਿਆ। ਮਨ ਵਿੱਚ ਇਹੋ ਤੜਫ ਪੈਦਾ ਹੋ ਗਈ, ਸੇਵਾ ਕਰਕੇ ਜਨਮ ਸਫਲਾ ਕਰਨਾ। ਸੁਸਾ ਸਿੰਘ ਜੀ ਇੱਕ ਬੜੀ ਵੱਡੀ ਸੇਵਾ ਮਹਾਰਾਜ ਨੂੰ ਗੁਰੂ ਅੰਗਦ ਦੇਵ ਮਹਾਰਾਜ ਦੀ ਪ੍ਰਾਪਤ ਹੋਈ ਗੁਰੂ ਅਮਰਦਾਸ ਮਹਾਰਾਜ ਨੂੰ। ਮਹਾਰਾਜ ਸਵੇਰੇ ਅੰਮ੍ਰਿਤ ਵੇਲੇ ਸਵਾ ਪਾਏ ਰਾਤ ਰਹਿੰਦੀ, 2:30 ਵਜੇ ਦੇ ਆਸ ਪਾਸ ਮਹਾਰਾਜ ਇਸ਼ਨਾਨ ਕਰਿਆ ਕਰਦੇ ਸੀ ਗੁਰੂ ਅੰਗਦ ਦੇਵ ਮਹਾਰਾਜ। ਸੁਸਾ ਸਿੰਘ ਜੀ ਉਹ ਸੇਵਾ ਗੁਰੂ ਅਮਰਦਾਸ ਮਹਾਰਾਜ ਨੂੰ ਮਿਲ ਗਈ, ਇਸ਼ਨਾਨ ਕਰਨ ਦੀ, ਬਸਤਰ ਪਹਿਨਾਉਣ ਦੀ। ਗੁਰੂ ਅਮਰਦਾਸ ਮਹਾਰਾਜ ਜੀ ਗਾਗਰ ਚੁੱਕ ਕੇ ਖੰਡੂਰੋਂ ਨਿਕਲ ਜਾਂਦੇ, ਬਿਆਸਾ ਕਿਨਾਰੇ ਪੁੱਜ ਕੇ ਪਹਿਲਾਂ ਆਪ ਇਸ਼ਨਾਨ ਕਰਦੇ, ਫਿਰ ਉਹ ਗਾਗਰ ਭਰ ਕੇ ਜਲ ਦੀ। ਰਸਤੇ ਵਿੱਚ ਬੁਰਜੀ ਬਣਾਈ ਸੀ ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਦਮ ਲੈਂਦੇ ਗੁਰੂ ਅਮਰਦਾਸ ਮਹਾਰਾਜ ਦੀ, ਸਾਹ ਲੈਂਦੇ ਉੱਥੇ। ਫਿਰ ਨਾਲ ਨਾਲ ਸਿਮਰਨ ਕਰਦੇ ਹੋਏ ਜਲ ਲੈ ਕੇ ਆਉਂਦੇ ਹਰ ਰੋਜ਼। ਇਸ ਤਰ੍ਹਾਂ ਹੀ ਪਹਿ ਰਾਤ ਰਹਿੰਦੀ ਬਿਆਸਾ ਦਰਿਆ 'ਤੇ ਜਾ ਕੇ ਇਸ਼ਨਾਨ ਕਰਦੇ, ਫਿਰ ਇਸ਼ਨਾਨ ਕਰਕੇ ਗਾਗਰ ਭਰ ਕੇ ਸਤਸੰਗ ਜੀ 60 ਸਾਲ ਦੀ ਲਗਭਗ ਉਮਰ
11-12 साल दे लगभग लगातार सेवा गुरु अमरदास मान कीती, जिंदे विच सियाल दी रुत भी आई, गर्मियां दे दिन भी आए, पर सेवा विच नेम विच कोई फर्क नहीं पिया। ते जद तुरते खंडूर साहब तो एक ओंकार तो बाणी शुरू कर लेंदे, किन्ना किन्ना चेर एक ओंकार पढ़ी जाते, सत नाम करतापुर करताप, इस तरह भी कई सतपुरश दस देने की जाप करते हुए इनान करते गागर भर के। ये बिरध अवस्था दे विच जिहड़ी 60 साल तो उपर उमर है, जिन्हों अज का नौजवान नहीं चुक सकता, सतसंग जी 60 साल की उम्र तो उपर उम्र हो चुकी है, 60 साल तो उपर हो चुकी है उम्र, तो गुरु अमरदास महाराज जी जल की गागर भर के लिया ब्यासा दरिया। इस तरह कई साल लंघे, 11 साल के लगभग 12 साल के लगभग समा हो चुका है, नित सेवा करते सत्संग। जदों इस तरह सेवा करते, इनान कराते, समा लंघता गया, इनान भी कराते, गुरु के लंगर भी दरबार भी सेवा करते, सत्संग जी कसवटी का समा आ गया। कबीर कसौटी राम की झूठा टिके न कोए, जो कसौटी गुरु दी लगती है उदो फिर गुरु ते भरोसा रखण वाला ही पास हुंदा है। कबीर कसौटी राम की झूठा टिके न कोए, राम कसौटी सो सह जो मर जीव, मर जीवड़े पार होया कर दे। ਆਪੋ ਦੇ ਮਹੀਨੇ ਕਸੌਟੀ ਮਹਾਰਾਜ 'ਤੇ ਲੱਗੀ। ਗੁਰੂ ਅਮਰਦਾਸ ਮਹਾਰਾਜ ਜੀ, ਆਪੋ ਦਾ ਅਖੀਰਲਾ ਦਿਨ ਸੀ, ਕਹਿਰਾਂ ਦੀ ਸਰਦੀ, ਤੇਜ਼ ਠੰਡ, ਪਰ ਸਤਸੰਗ ਜੀ ਉਹ ਨੇਮ ਵਿੱਚ ਕੋਈ ਫਰਕ ਨਹੀਂ, ਭਾਵੇਂ ਗਰਮੀ ਭਾਵੇਂ ਸਰਦੀ, ਹਰ ਰੋਜ਼ ਉਹੀ ਨੇਮ, ਅੰਮ੍ਰਿਤ ਵੇਲੇ ਸਵਾ ਪੈ ਰਾਤ ਰਹਿੰਦੀ ਬਿਆਸਾ ਦਰਿਆ ਤੇ ਇਸ਼ਨਾਨ ਕਰਨਾ ਤੇ ਜਲ ਦੀ ਗਾਗਰ ਲੈ ਕੇ ਅੱਜ ਪਹੁੰਚ ਗਏ ਨੇ ਬਿਆਸਾ ਦਰਿਆ ਤੇ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਭਾਵੇਂ ਕਿ ਪੋਹਦਾ ਐਸਾ ਮਹੀਨਾ ਹੈ, ਜਲ ਦੇ ਨਾਲ ਇਸ਼ਨਾਨ ਕਰਿਆ ਵੀ ਸਰੀਰ ਸੁੰਨ ਜਾਂ ਮਹਿਸੂਸ ਹੁੰਦਾ, ਇੰਨਾ ਠੰਡਾ ਜਲ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਸ਼ਨਾਨ ਕੀਤਾ, ਗਾਗਰ ਜਲ ਭਰੀ ਭਰ ਕੇ ਹਜੇ ਜਿੱਥੇ ਰਾਹ 'ਚ ਰੁਕਦੇ ਸੀ, ਜਿਹੜੀ ਬੁਰਜੀ ਬਣਾਈ ਸੀ, ਜਿੱਥੇ ਸਾਹ ਲੈਂਦੇ ਸੀ ਮਹਾਰਾਜ ਦਮਦਮੇ, ਉੱਥੇ ਪਹੁੰਚਣ ਤੋਂ ਪਹਿਲਾਂ ਹੀ ਮੀਂਹ ਹਨੇਰੀ ਦੋਵੇਂ ਇਕੱਠੇ ਆ ਗਏ, ਬੜੀ ਤੇਜ਼ ਹਨੇਰੀ ਆਈ, ਤਾਰੇ ਲੁਕ ਗਏ, ਹਨੇਰਾ ਹੀ ਹੋ ਗਿਆ ਚਾਰੇ ਪਾਸੇ, ਹਨੇਰੀ ਬਹੁਤ ਜ਼ੋਰ ਦੀ ਸੀ, ਕਈ ਵਾਰ ਇੰਨੀ ਤੇਜ਼ ਹਨੇਰੀ ਆ ਜਾਂਦੀ ਸਤਸੰਗ ਜੀ, ਜਦੋਂ ਆਪਾਂ ਹਨੇਰੀ ਦੀ ਲਪੇਟ ਵਿੱਚ ਆ ਜਾਈਏ, ਪੈਰ ਰੱਖਣਾ ਕਿਤੇ ਅਤੇ ਰੱਖਿਆ ਕਿਤੇ ਜਾਂਦਾ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਹੋਇਆ, ਇੰਨੀ ਤੇਜ਼ ਹਨੇਰੀ ਆਈ, ਪੈਰ ਰੱਖਣਾ ਕਿਤੇ ਅਤੇ ਰੱਖੇ ਕਿਤੇ ਜਾਂਦੇ, ਇੱਕਦਮ ਹਨੇਰੀ, ਰਾਹ ਤੋਂ ਕੁਰਾਏ ਪਾ ਦਿੱਤਾ ਹਨੇਰੀ ਨੇ, ਜਿਹੜੇ ਰਸਤੇ ਰੋਜ਼ ਜਾਂਦੇ ਸੀ ਉਹ ਰਸਤੇ ਤੋਂ ਭਟ ਦੂਰ ਹੋ ਗਏ ਹਨੇਰੀ ਦੇ ਕੰਮ। ਜਿਹਦੇ ਦਮਦਮੇ ਜਾ ਕੇ ਸਾਹ ਲੈਂਦੇ ਸੀ, ਰਾਤ ਤੇ ਬੁਰਜੀ ਸੀ, ਉਹ ਵੀ ਪਾਸੇ ਰਹਿ ਗਏ, ਇੱਧਰ ਉੱਧਰ ਹੀ ਘੁੰਮਦੇ ਹੋਏ ਪਿੰਡ 'ਚ ਹੁੰਦੇ ਹੋਏ ਪੁੱਜੇ। ਗਾਗਰ ਦਾ ਜਲ ਭਾਵੇਂ ਰਸਤੇ ਵਿੱਚ ਡੁੱਲਣ ਨਹੀਂ ਦਿੱਤਾ, ਭਾਵੇਂ ਹਨੇਰੀ ਆਈ, ਚੱਕੜ ਆਇਆ, ਮੀਂਹ ਆਇਆ, ਭਾਵੇਂ ਵੱਟਾਂ ਟੋਏ ਆਏ, ਚਿੱਕੜ ਆਇਆ, ਗਾਰਾ ਆਇਆ, ਪਰ ਗਾਗਰ ਦਾ ਜਲ ਜਿਹੜਾ ਡੁੱਲ ਨਹੀਂ ਦਿੱਤਾ। ਸੋ ਭਾਣਾ ਐਸਾ ਕਰਤਾਰ ਦਾ ਹਨੇਰਾ
ਹੋ ਗਿਆ, ਕੁਝ ਦਿਸ ਨਹੀਂ ਰਿਹਾ, ਮੀਂਹ ਵੀ ਮੋੜੇ ਤਾਰ। ਜਦੋਂ ਪਿੰਡ ਕੋਲ ਆਏ ਸਗੋਂ ਜ਼ਿਆਦਾ ਹਨੇਰਾ ਹੋ ਗਿਆ, ਮੀਂਹ ਵੀ ਤੇਜ਼ ਪੈਣ ਲੱਗਾ। ਉਹ ਹਨੇਰੇ ਨੇ ਤੇਜ਼ ਮੀਂਹ ਨੇ ਤੇਜ਼ ਕੁੱਪ ਦਾ ਜਿਹੜਾ ਹਨੇਰਾ ਹੈ, ਬਰਸਾਤ ਨੇ ਤੇਜ਼ ਬਰਸਾਤ ਨੇ ਗਲੀ ਵੀ ਪਲਾ ਲਾ। ਆਖਰ ਲੱਭਦੇ ਲੱਭਦੇ ਧਰਮਸ਼ਾਲਾ ਦੇ ਨੇੜੇ ਆ ਗਏ। ਉੱਥੇ ਨੇੜੇ ਜਲਾਇਆਂ ਦੇ ਘਰ ਸੀ। ਹਨੇਰੀ ਤੱਕ ਕੇ ਉੱਧਰ ਨੂੰ ਜਲਾਇਆਂ ਦੇ ਘਰ ਵਾਲੇ ਪਾਸੇ ਨੂੰ ਲੈ ਗਏ। ਹੁਣ ਵਿਹੜੇ ਦੇ ਵਿੱਚ ਤਾਣੀ ਬਰਨ ਵਾਸਤੇ ਉਹ ਕਿੱਲਾ ਗੱਡਿਆ ਹੋਇਆ ਸੀ। ਕਿੱਲੇ ਨਾਲ ਅੜੇ ਪਰ ਡਿੱਗਣੋਂ ਬਚ ਗਏ। ਥੋੜ੍ਹਾ ਜਿਹਾ ਹੋਰ ਅੱਗੇ ਗਏ, ਕਿੱਲੇ ਨਾਲ ਅੜੇ, ਦੋ ਕਦਮ ਅੱਗੇ ਹੋ ਗਏ। ਅੱਗੇ ਡੂੰਘੀ ਜਿਹੀ ਖੱਡੀ ਸੀ, ਉਹਦੇ ਵਿੱਚ ਪੈਰ ਫਸ ਗਏ। ਜਦੋਂ ਪੈਰ ਵਿੱਚ ਚੜਿਆ ਮਹਾਰਾਜ ਦਾ, ਪੈਰ ਪੈ ਗਏ ਖੱਡੀ ਵਿੱਚ। ਆਪਣੇ ਆਪ ਨੂੰ ਸੰਭਾਲ ਨਾ ਸਕੇ ਮਹਾਰਾਜ, ਜਦੋਂ ਡਿੱਗੇ, ਗਾਗਰ ਨਹੀਂ ਗਿਰਨ ਦਿੱਤੀ ਉਹਨਾਂ ਨੇ, ਜਲ ਨਹੀਂ ਰੁੜਨ ਦਿੱਤਾ, ਅੰਦਰ ਜਲਾਹੀ ਜਲਾਇਆ। ਅੰਦਰ ਬੈਠੇ ਸੀ, ਤੇਜ਼ ਹਨੇਰੀ ਤੋਂ ਬਚਣ ਵਾਸਤੇ ਅੰਦਰ ਬੈਠੇ ਹੋਏ ਸੀ, ਕਿਉਂਕਿ ਨਾਲੇ ਹਨੇਰਾ ਸੀ। ਕੋਈ ਵਿਰਲੇ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਜਾਗਦੇ, ਦੁਨੀਆ ਘੂਕ ਸੁੱਤੀ ਹੁੰਦੀ। ਹਨੇਰੀ ਤੇਜ਼ ਹਵਾ ਚੱਲਦੀ ਸੀ ਉਹਦੇ ਕਾਰਨ ਉਹ ਵੀ ਉੱਠੇ ਹੋਏ ਸੀ। ਖੜਕਾ ਸੁਣਿਆ, ਜਲਾਈ ਨੇ ਪੁੱਛਿਆ, ਭਾਗਾਂ ਵਾਲੀ ਬਾਹਰ ਨਿਕਲ ਕੇ ਵੇਖ ਕੀ ਹੋਇਆ, ਇੰਝ ਆਪਦਾ ਕੋਈ ਚੀਜ਼ ਡਿੱਗੀ ਹੈ, ਭਾਰੀ ਚੀਜ਼ ਡਿੱਗੀ, ਇਹਨੇ ਦੇਖਣਾ ਕੀ ਹੈ। ਨਿਥਾਵੂ ਅਮਰਾ ਹੋਵੇਗਾ, ਅਮਰੂ ਨਿਥਾਵਾ, ਰੋਟੀ ਵਾਸਤੇ ਟੁੱਕੜ ਵਾਸਤੇ ਕੁੜਵਾਂ ਦੇ ਘਰ ਬੁੱਤੀਆਂ ਕਰਦਾ ਰਹਿੰਦਾ, ਕੰਮ ਕਰਦਾ, ਪਾਣੀ ਢੁੰਦਾ, ਦਿਨੇ ਰਾਤ ਨੂੰ ਚੈਨ ਹੀ ਨਹੀਂ ਆਉਂਦਾ, ਅੱਧੀ ਅੱਧੀ ਰਾਤ ਬਿਆਸਾ ਦਰਿਆ ਤੋਂ ਪਾਣੀ ਲਿਆਂਦਾ, ਉਹ ਹੀ ਆਇਆ ਹੋਣਾ, ਹੋਰ ਕਿੰਨੇ ਆਉਣਾ ਇੰਨੀ ਤੇਜ਼ ਹਨੇਰੀ ਵਿੱਚ। ਹਨੇਰੇ ਵਿੱਚ ਰਾਹ ਭੁੱਲ ਗਿਆ ਹੋਣਾ, ਉਹੀ ਇੱਧਰ ਆ ਗਿਆ ਹੋਣਾ। ਇਹ ਬਚਨ ਗੁਰੂ ਅਮਰਦਾਸ ਮਹਾਰਾਜ ਨੇ ਸੁਣੇ। ਮਹਾਰਾਜ ਕਹਿੰਦੇ, ਕਮਲੀਏ, ਮੇਰਾ ਗੁਰੂ ਤਾਂ ਦੋ ਜਹਾਨਾਂ ਦਾ ਮਾਲਕ ਹੈ, ਦੋ ਜਹਾਨਾਂ, ਮੈਂ ਨਿਥਾਵਾਂ ਕਿੱਧਰੋਂ, ਮੈਨੂੰ ਤਾਂ ਦੋ ਜਹਾਨੀ ਥਾਂ ਮਿਲੇਗੀ। ਮੇਰਾ ਗੁਰੂ ਦੋ ਦੁਨੀ ਦਾ ਮਾਲਕ ਹੈ, ਦੀਨ ਦੁਨੀ ਦਾ ਮਾਲਕ ਹੈ, ਦੋ ਜਹਾਨੀ ਮਾਲਕ ਹੈ। ਜਦੋਂ ਬਚਨ ਕਹੇ, ਕਮਾਈ ਵਾਲਾ ਮੁਖ ਸੀ, ਬਾਣੀ ਪੜ੍ਹਨ ਵਾਲਾ, ਸਿਮਰਨ ਭਜਨ, ਰੱਤੇ ਹੋਇਆਂ ਦੇ ਬਚਨ ਕਦੇ ਬਿਰਥ ਨਹੀਂ ਜਾਂਦੇ, ਬਾਣੀ ਪੜ੍ਹਨ ਵਾਲਿਆਂ ਦੇ, ਸਿਮਰਨ ਭਜਨ ਬੰਦਗੀ ਕਰਨ ਵਾਲਿਆਂ ਦੇ ਮੁੱਖ ਜੋ ਬੋਲਿਆ ਬਚਨ ਪੂਰਾ ਹੋ ਜਾਂਦਾ। ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ। ਧੰਨ ਗੁਰੂ ਅਮਰਦਾਸ ਮਹਾਰਾਜ, ਕਮਾਈ ਵਾਲਾ ਮੁੱਖ ਸੀ, ਬਚਨ ਬੋਲੇ, ਜਿਲਾ ਹੀ ਪਾਗਲ ਹੋ ਗਈ, ਕਮਲੀ ਹੋ ਗਈ, ਕੱਪੜੇ ਪੜਨ ਲੱਗ ਗਈ ਆਪਣੇ। ਇੱਧਰ ਗੁਰੂ ਅਮਰਦਾਸ ਮਹਾਰਾਜ ਜੀ ਜਲ ਲੈ ਕੇ ਪਹੁੰਚ ਗਏ। ਸਿਆਲ ਦੇ ਵਿੱਚ ਇਉਂ ਦੱਸਦੇ ਨੇ ਕਿ ਇਤਿਹਾਸਕਾਰ ਗਰਮ ਪਾਣੀ ਨਾਲ ਵੀ ਇਸ਼ਨਾਨ ਕਰਾਇਆ ਕਰਦੇ ਸੀ। ਗੁਰੂ ਅੰਗਦ ਦੇਵ ਮਹਾਰਾਜ ਇਸ਼ਨਾਨ ਕਰਾਇਆ, ਬਸਤਰ ਪਹਿਨਾਏ, ਦੱਸਿਆ ਮਹਾਰਾਜ ਥੋੜ੍ਹੀ ਜਿਹੀ ਦੇਰੀ ਹੋ ਗਈ, ਮਾਫ਼ੀ ਦਿਓ, ਖਿਮਾ ਕਰਨੀ, ਰਾਤ ਹਨੇਰੀ ਬਹੁਤ ਸੀ, ਮੀਂਹ ਵੀ ਬਹੁਤ ਪੈ ਰਿਹਾ ਸੀ। ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਕੋਲ ਉੱਤਰ ਨਹੀਂ ਤਾਂ ਮੁਸਕਰਾਏ ਮਹਾਰਾਜ, ਕਿਉਂਕਿ ਸਭ ਜਾਣਦੇ ਨੇ ਮਾਰ ਰਾਤ ਕੀ ਬੀਤਿਆ। ਜਿਹਨੇ ਦੀਵਾਨ ਮਹਾਰਾਜ ਦਾ ਸਜਿਆ ਜਲਾਹਾ ਵੀ ਮਹਾਰਾਜ ਦੇ ਚਰਨਾਂ ਵਿੱਚ ਪੇਸ਼ ਹੋ ਗਿਆ। ਸੱਚਾ ਪਾਤਸ਼ਾਹ, ਕਿਰਪਾ ਕਰੋ, ਮਾਫ਼ੀ ਦਿਓ। ਇਹਦੇ ਰਾਤ ਦੀ ਵਾਰਤਾ ਮਹਾਰਾਜ ਜਾਣਦੇ ਨੇ, ਅਤੇ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਪੁੱਛੀ। ਕਹਿਣਗੇ, ਜਦੋਂ ਇਹ ਗੁਰੂ ਅਮਰਦਾਸ ਮਹਾਰਾਜ ਜਲ ਲੈ ਕੇ ਆਏ, ਖੱਡੀ ਵਿੱਚ ਪੈਰ ਫਸ ਗਿਆ, ਆਵਾਜ਼ ਆਈ ਅਤੇ ਮੇਰੀ ਇਹ ਘਰਵਾਲੀ ਨੇ ਐਸੇ ਬਚਨ ਨਿਥਾਵਾ ਕਿਹਾ, ਨਿਥਾਵਾ। ਅਤੇ ਉਦੋਂ ਕਮਾਈ ਵਾਲੇ ਮੁੱਖ ਤੋਂ ਬੋਲਿਆ ਬਚਨ ਇਹਨਾਂ ਦੇ, ਕਮਲੀਏ, ਮੇਰਾ ਤਾਂ ਦੋ ਜਹਾਨੀ ਦਾ ਮਾਲਕ ਹੈ ਗੁਰੂ ਅੰਗਦ ਦੇਵ ਮਹਾਰਾਜ, ਮੈਂ ਨਿਥਾਵਾਂ ਕਿੱਧਰੋਂ। ਉਹ ਬੋਲਿਆ ਬਚਨ, ਅਸਰ ਹੋ ਗਿਆ, ਮੇਰੀ ਘਰਵਾਲੀ ਪਾਗਲ ਹੋ ਗਈ ਹੈ, ਮਹਾਰਾਜ ਮਾਫ਼ੀ ਦਿਓ। ਸੱਚੇ ਪਾਤਸ਼ਾਹ ਨੇ
ਖਿਮਾ ਕੀਤਾ, ਉਹਨਾਂ ਨੂੰ ਮਾਫ਼ ਕੀਤਾ। ਇੱਧਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਮਾਘੀ ਵਾਲਾ ਦਿਹਾੜਾ ਆਇਆ, ਦੀਵਾਨ ਲਵਾਇਆ ਮਹਾਰਾਜ ਨੇ, ਸਾਰੀ ਸੰਗਤ ਹਾਜ਼ਰ ਸੀ ਅਤੇ ਹੁਕਮ ਕੀਤਾ ਬਾਬਾ ਬੁੱਢਾ ਜੀ ਨੂੰ, ਹੁਣ ਗੁਰੂ ਅਮਰਦਾਸ ਮਹਾਰਾਜ ਨੂੰ ਇਸ਼ਨਾਨ ਕਰਾਓ, ਵਸਤਰ ਪਹਿਨਾਓ। ਇਹ ਵੀ ਦੱਸਦੇ ਨੇ ਇਤਿਹਾਸ ਕਰ ਕਿ 12 ਸਰੂਪੇ ਸਾਲ ਬਾਅਦ ਸਰੂਪਾਂ ਮਿਲਦੇ, ਉਹ ਵੀ ਸਾਂਭ ਕੇ ਰੱਖੇ ਮਹਾਰਾਜ ਨੇ ਸਿਰ 'ਤੇ ਬੰਨ ਲੈਂਦੇ ਸੀ। ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਹੋਈ ਹੈ ਸਰੂਪਾ, ਸਤਿਕਾਰ ਸਰੂਪੇ ਦਾ ਗੁਰੂ ਘਰੋਂ ਦਾਤ ਮਿਲੀ, ਹਰ ਸਾਲ ਬਾਅਦ ਮਿਲਦੀ। ਇਸ ਕਰਕੇ ਉਹ 12 ਸਰੂਪੇ ਵੀ ਤਾਰੇ, ਫਿਰ ਵਸਤਰ ਪਹਿਨਾ ਕੇ, 5 ਪੈਸੇ ਨਰੇਰ ਰੱਖ ਕੇ, ਪ੍ਰਕਰਮਾ ਕਰਕੇ ਤੀਜੇ ਗੁਰੂ ਨਾਨਕ ਸੰਸਾਰ 'ਤੇ ਪ੍ਰਗਟ ਹੋਏ। ਗੁਰਤਾ ਗੱਦੀ ਦੇ ਦਿੱਤੀ ਗੁਰੂ ਅਮਰਦਾਸ ਨੂੰ। ਮਹਾਰਾਜ ਨੇ ਕਿਹਾ, ਜਿਹੜਾ ਮੇਰੇ ਪਿੱਛੋਂ ਗੁਰੂ ਅਮਰਦਾਸ ਨੂੰ ਗੁਰੂ ਮੰਨੇਗਾ, ਚਰਨਾਂ ਉੱਪਰ ਮੱਥਾ ਟੇਕੇਗਾ, ਉਹੀ ਨਿਹਾਲ ਹੋਏਗਾ। ਕਿਉਂਕਿ ਮਹਾਰਾਜ ਦੇ ਪੁੱਤਰ ਥੋੜ੍ਹਾ ਜਿਹਾ ਵਤੀਰਾ ਕਰਦੇ ਸੀ, ਸਾਸਨ ਮਾੜਾ ਵਤੀਰਾ ਦੇਖ ਕੇ ਮਹਾਰਾਜ ਆਪਣੇ ਪੁੱਤਰਾਂ ਦਾ ਇਹ ਹੁਕਮ ਕੀਤਾ ਵੀ ਜਿਹੜਾ ਸਾਡੇ ਪਿੱਛੋਂ ਗੁਰੂ ਮੰਨੇਗਾ, ਗੁਰੂ ਅਮਰਦਾਸ ਮੱਥਾ ਟੇਕੇਗਾ, ਨਿਹਾਲ ਹੋਵੇਗਾ। ਇਹ ਗੁਰੂ ਨਾਨਕ ਦਾ ਹੀ ਸਰੂਪ ਨੇ। ਇਸ ਕਰਕੇ ਸੁਸਾ ਸਿੰਘ ਜੀ ਤੀਜੇ ਗੁਰੂ ਨਾਨਕ ਸੰਸਾਰ 'ਤੇ ਪ੍ਰਗਟ ਹੋਏ ਗੁਰੂ ਅਮਰਦਾਸ ਮਹਾਰਾਜ। ਮਹਾਰਾਜ ਨੇ ਹੁਕਮ ਕਰ ਦਿੱਤਾ ਸੀ, ਕਿਉਂਕਿ ਗੋਇੰਦਵਾਲ ਪਹਿਲਾਂ ਵਸਾਤਾ ਸੀ ਮਹਾਰਾਜ, ਗੋਇੰਦਾ ਖੱਤਰਾ, ਗੋਇੰਦਾ ਖੱਤਰੀ ਸੀ ਜਿਹੜਾ, ਜਿਹਦੀ ਇਹ ਜ਼ਮੀਨ ਸੀ ਜਿੱਥੇ ਵਸੋਂ ਨਹੀਂ ਹੁੰਦੀ ਸੀ, ਵਸੋਂ ਕਰਦੇ ਸੀ ਰਾਤ ਨੂੰ, ਮਕਾਨ ਆਪਣੇ ਆਪ ਟਹਿ ਜਾਂਦੇ ਸੀ। ਅਤੇ ਉਹਨੇ ਬੇਨਤੀ ਖੰਡੂਰ ਸਾਹਿਬ ਆ ਕੇ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਨੂੰ, ਸੱਚਾ ਪਾਤਸ਼ਾਹ ਕਿਰਪਾ ਕਰੋ। ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਭੇਜਿਆ ਸੀ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਛੱਟੀ ਨਾਲ ਲੰਮਾ ਵੱਡਾ ਚੱਕਰ ਘੇਰਾ ਖਿੱਚ ਦਿੱਤਾ, ਉਹਦੇ ਵਿੱਚ ਵਸੋਂ ਕੀਤੀ ਹੋ ਗਈ, ਵਸੋਂ ਕਿਸੇ ਨੇ ਮਕਾਨ ਨਾ ਢਾਏ। ਫਿਰ ਉਹਦਾ ਨਾਂ ਗੋਇੰਦਵਾਲ, ਗੋਇੰਦਾ ਖੱਤਰੀ ਨੇ ਜ਼ਮੀਨ ਦਾਨ ਕੀਤੀ ਗੋਇੰਦਵਾਲ। ਮਹਾਰਾਜ ਨੇ ਹੁਕਮ ਕਰ ਦਿੱਤਾ, ਪੁਰਖਾ ਖੰਡੂਰ ਸਾਹਿਬ ਨਹੀਂ ਰਹਿਣਾ, ਗੋਇੰਦਵਾਲ ਸਾਹਿਬ ਰਹਿਣਾ, ਆਪਣੇ ਸਾਰੇ ਪਰਿਵਾਰ ਬੱਚਿਆਂ ਨੂੰ ਉੱਥੇ ਗੋਇੰਦਵਾਲ ਸਾਹਿਬ ਲੈ ਜਾਣਾ। ਇਸ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਗੁਰੂ ਅਮਰਦਾਸ ਮਹਾਰਾਜ ਨੂੰ ਸੌਂਪ ਦਿੱਤੀ। ਅਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਦਾ ਭਲਾ ਕਰਦੇ ਨੇ, ਪਰ ਨਿਤ ਨੇਮ ਆਪਣੇ ਵਿੱਚ ਉਵੇਂ ਕੋਈ ਫਰਕ ਨਹੀਂ ਪਿਆ ਹੈ। ਕਿੰਨਾ ਕਿੰਨਾ ਚਿਰ ਸਿਮਰਨ ਕਰਦੇ ਰਹਿੰਦੇ ਨੇ। ਇਸ ਕਰਕੇ ਸੇਵਾ ਵੀ ਮਹਾਰਾਜ ਨੂੰ ਛੱਡੀ, ਕਈ ਇਤਿਹਾਸਕਾਰ ਇਸ ਤਰ੍ਹਾਂ ਵੀ ਲਿਖਦੇ ਨੇ, ਮਹਾਰਾਜ ਸੇਵਾ ਵੀ ਉਸੇ ਤਰ੍ਹਾਂ ਹੀ ਕਰਦੇ ਨੇ। ਜਿਨ੍ਹਾਂ ਦੀ ਬਾਬਤ ਭੱਟਾ ਨੇ ਵੀ ਲਿਖਿਆ, ਸੋ ਟਿੱਕਾ ਸੋ ਬਹਿਣਾ, ਸੋਈ ਦੀਵਾਨ, ਪਿਓ ਦਾਦੇ ਜਿਹਵਾ ਪੋਤਾ ਪਰਵਾਨ। ਕਹਿੰਦੇ ਇਸ ਤਰ੍ਹਾਂ ਹੀ ਹੈ ਜੀ ਗੁਰੂ ਅਮਰਦਾਸ ਮਹਾਰਾਜ, ਜਿਵੇਂ ਪਿਓ ਗੁਰੂ ਅੰਗਦ ਦੇਵ ਮਹਾਰਾਜ, ਦਾਦਾ ਗੁਰੂ ਨਾਨਕ ਦੇਵ, ਪਿਓ ਦਾਦੇ ਜਿਹਵਾ ਪੋਤਾ ਪਰਵਾਨ, ਜਿਨ ਬਾਸਕ ਨਿਤਰੈ ਕਤੈ ਕਰ ਨਹੀਂ ਤਾਣ, ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ, 14 ਰਤਨ ਨਿਕਾਲਣ ਕੀ ਤੋਨ, ਚਾਨਾਣ ਘੋੜਾ ਕੀਤੋ ਸਹਿਜ ਦਾ, ਜਤ ਕੀਓ ਪਲਾਣ, ਧੜਕ ਚੜਾਇਓ ਸਤ ਦਾ ਜਸ ਹੰਦਾ ਬਾਣ, ਕਲ ਵਿੱਚ ਧੂੰਦਾਰ ਸਾ ਚੜਿਆ ਰਹਿ ਭਾਣ, ਸੱਤੋ ਖੇਤ ਜਮਾਇਓ ਸੱਤੋ ਸ਼ਾਵਾਣ, ਨਿਤ ਰਸੋਈ ਤੇਰੀਏ ਘਿਓ ਮੈਦਾ ਖਾਣ। ਜਿਹਦੇ ਭਾਵ ਸਤਸੰਗ ਜੀ ਗੁਰੂ ਅੰਗਦ ਦੇਵ ਮਹਾਰਾਜ ਦੇ ਪ੍ਰਥਾਏ ਨੇ ਇਹ ਸਾਰਾ ਸ਼ਬਦ। ਇਸ ਕਰਕੇ ਸੁਸਾ ਸਿੰਘ ਜੀ ਗੁਰੂ ਅਮਰਦਾਸ ਮਹਾਰਾਜ ਨੇ ਬਹੁਤ ਜੀਵਨ ਦਾ ਭਲਾ ਕੀਤਾ, ਆਪਣੇ ਜੀਵਨ ਕਾਲ ਵਿੱਚ ਬੜੇ ਮਹਾਨ ਸੇਵਾਵਾਂ ਵੀ ਕਰਾਈਆਂ, ਗੋਇੰਦਵਾਲ ਵੀ ਵਸਾਇਆ ਮਹਾਰਾਜ ਨੇ, ਬੌਲੀ ਸਾਹਿਬ 84 ਪੌੜੀਆਂ, ਜਿਹੜਾ ਸ਼ਰਧਾ ਭਾਵਨਾ ਇਸ਼ਨਾਨ ਕਰੇਗਾ 84 ਦੇ ਗੇੜ ਚੋਂ ਮੁਕਤ ਹੋ ਜਾਏਗਾ। ਮਧਵ ਜਾਤ ਦਾ ਵਿਤਕਰਾ ਮੇਟਣ ਵਾਸਤੇ ਬੌਲੀ ਸਾਹਿਬ ਦਾ ਤੀਰਥ ਰਚਿਆ, ਉਦੋਂ ਜਾਤ ਪਾਤ ਦਾ ਬੜਾ ਵਿਰੋਧ ਕੀਤਾ ਜਾਂਦਾ ਸੀ, ਖੂਹ ਦੇ ਉੱਪਰ ਨੀਵੀਆਂ ਜਾਤਾਂ ਵਾਲੇ ਇਸ਼ਨਾਨ ਨਹੀਂ ਕਰ ਸਕਦੇ, ਬਾਹਰ ਬੌਲੀ ਸਾਹਿਬ ਬਣਾ ਤੀ, ਮਧਵ ਜਾਤ ਵਿਤਕਰਾ ਸਾਰੇ ਦੂਰ ਕਰ ਦਿੱਤੇ, ਕੋਈ ਵੀ ਇਸ਼ਨਾਨ ਕਰੇ, ਕੋਈ ਜਲ ਛਕੇ, ਕੋਈ ਜਲ ਲੈ ਕੇ ਜਾਵੇ, ਕੋਈ ਰੋਕ ਟੋਕ ਬੌਲੀ ਸਾਹਿਬ ਦਾ ਤੀਰਥ। ਫਿਰ ਸੰਗਤ ਅਤੇ ਪੰਗਤ, ਛੋਟਾ ਵੱਡਾ, ਅਮੀਰ ਗਰੀਬ,
ऊंच नीच कोई फर्क नहीं, एको ही पंगत। महाराणी भी कहता जिन्हें साढ़े दर्शन करने ने पहला संगत विच बैठ के लंगर छके फिर साढ़े दर्शन होण। भावें अकबर बादशाह भी आया उन्होंने भी हुक्म मनना पाया पहला संगत विच बैठ के लंगर छक। इन्नी भी कोई स्पैशल उनके वास्ते आसन नहीं, उही संगत विच पंगत मतलब जिथे गुरु का उपदेश हुंदा है दीवान सजदा है वह पंगत विच भी सारे बराबर कर छोटा वड्डा ऊंच नीच गरीब अमीर सब एक वास्ते एको ही पंगत एको ही संगत पंगत एको ही जिथे लंगर छकना संगत उ जिथे मार उपदेश कर दे एको ही सारे कोई वितकरा नहीं। फिर समाज सुधार मार ने बड़े कार्य किए जात पात छूत छात तीर्थ वर्त ने मड़ी मसाणी कबर की पूजा हटा के काल पुरख के सिमरन जुड़े। फिर जात पात तोड़ के विह दे जो जड़िया रस्मां सी मार ने कहा सी अपनी मर्जी नाल जो तुसी विह का दिन रख के काल पुरख नूं चेते करके कोई ये विचार विच नहीं पैना चंगा माड़ा दिन सारे गुरु जी बनाए ने काल पुरख की आराधना करके ना लेंगे शुरू करने। फिर गिस्त धर्म की जिहड़ी रस्म जात पात ते गोद नूं देख के नहीं करनी बल्कि निशान दे गुण देख के करनी चाहिए। गिरस्त की जिहड़ी रस्म है गृहस्थी की बच्चे व्याहुण की जात पात गोत नूं देख के नहीं बल्कि उत्तम जीवन देख के उत्तम गुण देख के करनी चाहिए। सती प्रथा दी महाराज ने खंडन किया जो सती प्रथा चलती सी पति चढ़ाई कर जांदा सी नाल बीबी नूं भी सड़ना पैंदा सी चिखा दे विच नहीं सड़दी सी ते उन्हूं सठिया जांदा सी चिखा दे विच ओह भी महाराज ने बंद कर दिता भी इहनूं भी जीवन का अधिकार है। ਇਹ ਸਤੀ ਪ੍ਰਥਾ ਮਾਰ ਨੇ ਖਤਮ ਕੀਤੀ। ਮੰਜੀਆਂ ਪੀੜ੍ਹੀਆਂ ਦਿੱਤੀਆਂ ਮਾਰ ਨੇ 22 ਮੰਜੀਆਂ ਸਿੱਖਾਂ ਨੂੰ ਪ੍ਰਚਾਰ ਵਾਸਤੇ ਤੇ 72 ਪੀੜ੍ਹੇ ਮਾਈਆਂ ਨੂੰ ਦਿੱਤੇ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਤੇ ਚੱਕ ਰਾਮਦਾਸ ਸਥਾਪਿਤ ਕੀਤਾ ਜਿਹੜਾ ਹਰਿਮੰਦਰ ਸਾਹਿਬ ਰਾਮਦਾਸ ਸਰ ਭਾਈ ਜੇਠਾ ਗੁਰੂ ਰਾਮਦਾਸ ਜੀ ਨੂੰ ਹੁਕਮ ਕੀਤਾ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਕਿ ਵਿਸਾਣ ਵਾਸਤੇ ਕਿਹਾ ਕਿ ਸਰੋਵਰ ਸਥਾਪਿਤ ਕਰਨ ਲਈ ਮਿੱਟੀ ਕੱਢੀ ਜਾਵੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦਾ ਸਰੋਵਰ। ਇਹ ਵੀ ਗੁਰੂ ਅਮਰਦਾਸ ਮਾਰ ਨੇ ਹੁਕਮ ਕੀਤਾ ਸੀ। ਸੋ ਸਾਧ ਸੰਗਤ ਜੀ ਗੁਰੂ ਅਮਰਦਾਸ ਮਾਰ ਦੇ ਜੀਵਨ ਦੀਆਂ ਵਿਚਾਰਾਂ ਆਪ ਜੀ ਨੇ ਬੜੇ ਪਿਆਰ ਸਤਿਕਾਰ ਸਹਿਤ ਭਾਵਨਾ ਸਹਿਤ ਸਰਵਣ ਕੀਤੀਆਂ ਨੇ। ਗੁਰੂ ਸਾਹਿਬ ਸਭ ਦੀਆਂ ਹਾਜ਼ਰੀਆਂ ਬੇਨਤੀਆਂ ਪ੍ਰਵਾਨ ਕਰਨ ਹੋਈਆਂ ਭੁੱਲਾਂ ਦੀ ਮਾਫ਼ੀ ਜੀ। ਸੋ ਗੁਰੂ ਦੇ ਬਚਨਾਂ 'ਤੇ ਇਤਿਹਾਸ ਦਾ ਮਤਲਬ ਹੈ ਜੀਵਨ ਸਿਹਤ ਲੈਣੀ ਅਸੀਂ ਆਪਣੇ ਜੀਵਨ ਵਿੱਚ ਵਿਚਾਰਾਂ ਢਾਲੀਏ ਅਮਲੀ ਜਾਮਾ ਪਹਿਨਾਈਏ ਮਤਲਬ ਗੁਰੂ ਦੇ ਉਪਦੇਸ਼ 'ਤੇ ਚੱਲੀਏ ਆਪਾਂ ਗੁਰੂ ਦੀ ਵਿਚਾਰਧਾਰਾ ਨੂੰ ਧਾਰਨ ਕਰੀਏ ਉਹਨੇ ਚੱਲ ਕੇ ਆਪਣਾ ਜਨਮ ਵੀ ਸਫਲਾ ਕਰੀਏ ਆਪਣਾ ਗ੍ਰਿਸ਼ਤੀ ਜਨਮ ਵੀ ਸੁਖਦਾਇਕ ਬਣਾਈਏ ਔਰ ਗੁਰੂ ਦੇ ਚਰਨਾਂ ਨਾਲ ਬਾਣੀ ਨਾਲ ਸਿਮਰਨ ਨਾਲ ਜੁੜ ਕੇ ਹੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਘਰ ਪ੍ਰਭਾਵ ਤੇ ਮੇਲੇ ਹੋਈਆਂ ਭੁੱਲਾਂ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।